ਪ੍ਰੀਤ ਸਤ ਸੰਗਤ ਜੀ। ਉਹ ਮਨ ਭਿੱਤੀ ਇਕਾਗਰ ਕਰੀਏ। ਗੁਰ ਚਰਣਾ ਚਲਾਈ ਹਾਜ਼ਰੀ। ਹਾਜ਼ਰੀਆਂ ਲਵਾਉਂਦੇ ਆ ਮਨ ਭਿੱਤੀ ਇਕਾਗਰ ਕਰਦੇ ਆ ਗੱਜਕੇ ਬੁੱਲਣ ਜੀ। ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਰਿ ਸਤ ਸੰਗਤ ਜੀ। ਧੰਨ ਧੰਨ ਸਤਿਗੁਰੂ ਗ੍ਰੰਥ ਦਸਮ ਗ੍ਰੀ। ਆਪਣੇ ਅੰਦਰ ਦੀ ਬਿਰਤਾਂ ਅੰਦਰ ਦੀ ਵਿਵਸਥਾ ਬਿਆਨ ਕਰਦੇ ਨੇ ਕਹਿੰਦੇ ਜਦੋਂ ਮੈਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਗੁਰੂ ਸਾਹਿਬਨ ਕੋਲ ਗਿਆ ਗੁਰੂ ਸਾਹਿਬਨ ਕੋਈ ਜਾ ਕੇ ਜਦੋਂ ਮੈਂ ਗੁਰੂ ਸਾਹਿਬਨ ਦੇ ਬਚਨ ਸਰਵਣ ਕੀਤੇ ਤੇ ਆਪਣੀ ਅੰਦਰ ਦੀ ਵਿਵਸਥਾ ਬਿਆਨ ਕਰਦੇ ਆ ਕਹਿੰਦੇ ਉਹ ਬਚਨ ਸੁਣਨ ਦੇ ਨਾਲ ਮਿੱਥਿਕ ਪ੍ਰਭਾਵ ਕੀ ਦੁਕ ਵਾਪਾਂ ਵੀ ਗੁਰਬਾਣੀ ਰੋਜ਼ ਪੜਦੇ ਆ ਪਰ ਆਪਣੇ ਮਨ ਵਿੱਚ ਕਦੀ ਇਹ ਵਿਚਾਰ ਨਹੀਂ ਬਦਲ ਹੋਇਆ ਇੰਨਾ ਚਿਰ ਹੋ ਗਿਆ ਗੁਰਬਾਣੀ ਪੜਦੇ ਆ ਇੰਨਾ ਚਿਰ ਹੋ ਗਿਆ ਗੁਰੂ ਘਰ ਜਾਂਦੇ ਆ ਪਰ ਉਸ ਗੁਰਬਾਣੀ ਦਾ ਉਸ ਗੁਰੂ ਸ਼ਬਦ ਦਾ ਸਾਡੇ ਮਨ ਤੇ ਪ੍ਰਭਾਵ ਕੀ ਪਿਆ ਜੇ ਦੇਖੋ ਸਾਡੇ ਮਨ ਵਿੱਚ ਸੋਚ ਨਹੀਂ ਬਦਲਉਂਦੀ ਤੇ ਤੁਨ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਚੌਥੇ ਨਾਨਕ ਇਹਦੇ ਵੀ ਮੇਰੇ ਉੱਤੇ ਕੀ ਅਸਰ ਪਿਆ ਜਦੋਂ ਮੈਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗਿਆ ਤੇ ਬੜੀ ਪਿਆਰ ਦੇ ਨਾਲ ਬਿਆਨ ਕਰਦਿਆਂ ਕਹਿੰਦੇ ਹੋਇਆ ਕਿ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰਬਚਨ ਮਨ ਤੀਰ ਲਗਈਆ ਚੰਦੂ ਕਹਿੰਦੇ ਅੰਤਰ ਪਿਆਸ ਉੱਠੀ ਪ੍ਰਭ ਕੇ ਦੀ ਸੁਣ ਗੁਰਬਚਨ ਮਨ ਤੀਰ ਲੱਗੇ ਕਹਿੰਦੇ ਜਦੋਂ ਮੈਂ ਗੁਰੂ ਸਾਹਿਬਾਂ ਦੇ ਬਚਨ ਸਰਵਣ ਕੀਤੇ ਨਾ ਕਹਿੰਦੇ ਮੈਨੂੰ ਐਦਾਂ ਲੱਗੇ ਜਿਵੇਂ ਇੱਕ ਤੀਰ ਸਰੀਰ ਵਿੱਚ ਲੱਗਦਾ ਹੈ ਜਦੋਂ ਸਰੀਰ ਵਿੱਚ ਕੋਈ ਤੀਰ ਵੱਜਦਾ ਹੈ ਤੂੰ ਸਰੀਰ ਨੂੰ ਨਕਾਰਾ ਕਰ ਦਿੰਦਾ ਹੈ ਸੀ ਦੀ ਤਾਕਤ ਖਤਮ ਹੋ ਵਰਦਿੰਦਾ ਹੈ ਸੀ ਦਾ ਬਲ ਖਤਮ ਹੋ ਵਰਦਿੰਦਾ ਹੈ ਕਹਿੰਦੇ ਇਸ ਤਰੀਕੇ ਨਾਲ ਮੈਨੂੰ ਗੁਰੂ ਅਮਰਦਾਸ ਮਹਾਰਾਜ ਦੀ ਜਿਹੜੇ ਬਚਨ ਆ ਉਹ ਮੇਰੇ ਮਨ ਵਿੱਚ ਇਦਾਂ ਲੱਗੇ ਕਿ ਮੇਰੇ ਮਨ ਦਾ ਬਲ ਜਿਹੜਾ ਉਹ ਖਤਮ ਹੋ ਗਿਆ ਮੇਰੇ ਮਨ ਦੀ ਤਾਕਤ ਖਤਮ ਹੋ ਗਈ ਕਹਿੰਦੇ ਇਸ ਤਰ੍ਹਾਂ ਦੇ ਨਾਲ ਲੱਗਾ ਕਹਿੰਦੇ ਵਿਚਾਰ ਕਰੋ ਕਿ ਗੁਰੂ ਵਿਸ਼ਾ ਕੀ ਹੈ ਸੁਣਨ ਦਾ ਵਿਸ਼ਾ ਹੈ ਗੁਰੂ ਸੁਣਨ ਦਾ ਵਿਸ਼ਾ ਹੈ ਗੁਰੂ ਸਰਵਨ ਦਰਸ਼ਨ ਦਾ ਵਿਸ਼ਾ ਹੈ ਗੁਰੂ ਨਿਤਦਰਸ਼ਨ ਦਾ ਵਿਸ਼ਾ ਨਹੀਂ ਹੈ ਅਸੀਂ ਨਿਤਦਰਸ਼ਨ ਤੱਕ ਸੀਮਤ ਰਹਿ ਜਾਂਦੇ ਹਾਂ ਅਸੀਂ ਸਰਵਨ ਦਰਸ਼ਨ ਤੱਕ ਨਹੀਂ ਜਾਂਦੇ ਗੁਰੂ ਗੁਰੂ ਦਾ ਸ਼ਬਦ ਸਰਵਨ ਦਰਸ਼ਨ ਤੇ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਪਏ ਨੇ ਕਹਿੰਦੇ ਮੇਰੇ ਤੇ ਕੀ ਅਸਰ ਹੋਇਆ ਜਦੋਂ ਮੈਂ ਸਰਵੰ ਦਰਸ਼ਨ ਕੀਤੇ ਸਰਵੰ ਦਰਸ਼ਨ ਦਾ ਪਾਪ ਕੀ ਹੈ ਨਿੱਤਰ ਦਰਸ਼ਨ ਤੇ ਸਰਵੰ ਦਰਸ਼ਨ ਦਾ ਪਾਪ ਕੀ ਹੈ ਨਿੱਤਰ ਦਰਸ਼ਨ ਦਾ ਪਾਪ ਹੁੰਦਾ ਹੈ ਜਦੋਂ ਸਾਡੇ ਸਾਹਮਣੇ ਕੋਈ ਆ ਕੇ ਖਲੋ ਜਾਂਦਾ ਨਾ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਅੱਜ ਮੈਂ ਭਾਈ ਸਾਹਿਬ ਦੇ ਦਰਸ਼ਨ ਕੀਤੇ ਇਹ ਨਿੱਤਰ ਦਰਸ਼ਨ ਹੈ ਕੋਈ ਮੇਰੇ ਸਾਹਮਣੇ ਆ ਕੇ ਖਲੋਗੇ ਮੈਂ ਉਹਨਾਂ ਨੂੰ ਵੇਖਣ ਯੋਗ ਆਇਆ ਮੈਂ ਵੇਖਿਆ ਅੱਜ ਉਹਨਾਂ ਨੂੰ ਤੇ ਸਰਵਨ ਦਰਸ਼ਨ ਕੀ ਹੈ ਕਿ ਜਿਹੜੇ ਮੈਂ ਗੁਰੂ ਦੇ ਬੋਲ ਸੁਨੇ ਆ ਉਹ ਮੇਰੇ ਸਾਹਮਣੇ ਆ ਗਏ ਕਹਿੰਦਾ ਭਾਵੇਂ ਕਿ ਮੈਂ ਉਹਨਾਂ ਨੂੰ ਮਹਿਸੂਸ ਕਰਨ ਯੋਗ ਹੋਇਆ ਮਹਿਸੂਸ ਕਰਨ ਯੋਗ ਹੋਇਆ ਜੇ ਗੁਰੂ ਰਾਮਦਾਸ ਭਰ ਜੀ ਕਹਿਣ ਲੱਗੇ ਕਹਿੰਦੇ ਸੁਣ ਗੁਰ ਬਚਨ ਮਨ ਤੀਰ ਲਗਈਆ ਕਹਿੰਦੇ ਮੈਂ ਗੁਰੂ ਦੇ ਬਚਨ ਸੁਨੇ ਨਾ ਤੇ ਮੇਰੇ ਮਨ ਚ ਤੀਰ ਦੀ ਨਹੀਂ ਲੱਗੇ ਐਸੇ ਲੱਗੇ ਕਿ ਮੇਰਾ ਤੀਰ ਛੰਨੀ ਛੰਨੀ ਹੋ ਗਿਆ ਮੇਰੇ ਆਪਣੇ ਮਨ ਦੀ ਤਾਕਤ ਜਿਹੜੀ ਉਹ ਖਤਮ ਹੋ ਗਈ ਆਪਜੀ ਵਿਚਾਰ ਕਰਨਾ ਅਸਲ ਦੇ ਵਿੱਚ ਜਿਹੜਾ ਇਹ ਮਾਰਗ ਹੈ ਨਾ ਪਰਮਾਤਮਾ ਤੱਕ ਪਹੁੰਚਦਾ ਇਹ ਸੁਣਨ ਦੀ ਬਿਰਤੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਲਿਖਿਆ ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਕਹਿੰਦਾ ਜੇ ਕਿਤੇ ਇਹ ਮਨ ਜਿਹੜਾ ਹੈ ਗੁਰੂ ਦੀ ਇੱਕ ਸਿੱਖਿਆ ਸੁਣ ਲਵੇ ਸੁਣ ਲਵੇ ਠੀਕ ਹੈ ਜਦੋਂ ਸੁਣ ਲਵੇ ਤੇ ਕੀ ਹੋਵੇਗਾ ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਨਕ ਮੱਤ ਵਿੱਚ ਕਹਿੰਦੇ ਇਹਦੀ ਮੱਤ ਵਿੱਚ ਕੀ ਹੋਵੇਗਾ ਰਤਨ ਜਵਾਰ ਮਾਨਕ ਕਹਿੰਦਾ ਪਰ ਰਤਨ ਜਵਾਰ ਕੀ ਚੀਜ਼ ਹੈ ਮਾਨਕ ਮੋਤੀ ਨੂੰ ਕਹਿੰਦੇ ਹਨ ਗੁਰੂ ਜੀ ਕਹਿੰਦੇ ਜਿਹੜੇ ਐਡੇ ਮਹਿੰਗੇ ਪਦਾਰਥ ਹੈ ਨਾ ਕਹਿੰਦੇ ਉਹਨਾਂ ਮਹਿੰਗੇ ਪਦਾਰਥਾਂ ਨਾਲੋਂ ਵੀ ਮਹਿੰਗੇ ਗੁਣ پیدا ਅੰਦਰ ਹੋ ਜਾਂਦੇ ਆ ਜੇ ਕਿਤੇ ਪੁਰਾਣੀ ਇੱਕ ਗੁਰੂ ਦੀ ਸਿੱਖਿਆ ਸੁਣਦਾ ਹੋਵੇ ਪਰ ਆਪਾਂ ਨੇ ਸੁਣੀ ਨਹੀਂ ਕਿਉਂ ਨਹੀਂ ਸੁਣੀ ਵਿਚਾਰ ਕਰਨਾ ਜੜਾ ਸੁਣਨਾ ਬੜਾ ਵੱਡਾ ਵਿਸ਼ਾ ਹੈ ਔਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੇਵਲ ਤਾਂ ਕੇਵਲ ਸੁਣਨ ਦੀ ਗੱਲ ਕਰਦੇ ਉਹ ਨਾਨਕ ਪਾਸ਼ਾ ਕਹਿਣ ਲੱਗੇ ਕਹਿੰਦੇ ਨਾਨਕ ਭਗਤਾ ਸਦਾ ਵਿਗਾਸ ਸੁਣ ਐ ਦੁਖ ਪਾਪ ਕਾ ਨਾਸ ਨੂੰ ਵਿਚਾਰ ਕਰਨਾ ਗੁਰੂ ਸਾਹਿਬਣ ਕਹਿੰਦੇ ਵੀ ਸੁਣਨ ਦੀ ਤਾਕਤ ਕਿੰਨੀ ਹੈ ਤੇ ਸੁਣਨ ਨਾਲ ਤਬਦੀਲੀ ਕੀ ਹੈ ਕਹਿੰਦੇ ਲਗੇ ਸੁਣ ਐ ਦੁਖ ਪਾਪ ਕਾ ਨਾਸ ਕਹਿੰਦੇ ਜਿਹੜਾ ਪੁਰਾਣੀ ਗੁਰੂ ਦੇ ਦਰਤੋਂ ਮਿਲੇ ਹੋਏ ਸ਼ਬਦ ਨੂੰ ਆਪਣੇ ਅੰਦਰ ਰੱਖ ਕੇ ਸੁਣ ਲੈਂਦਾ ਹੈ ਕਹਿੰਦੇ ਉਹ ਦੁੱਖਾਂ ਦਾ ਤੇ ਪਾਪਾਂ ਦਾ ਨਾ ਸਮਝਦਾ ਹੈ ਫਿਰ ਨਾਨਕ ਭਗਤਾ ਸਦਾ ਵਿਗਾਸ ਕਹਿੰਦੇ ਭਗਤ ਬਣ ਜਾਂਦੇ ਨੇ ਜਿਨ੍ਹਾਂ ਨੇ ਇਸ ਸ਼ਬਦ ਨੂੰ ਸਰਵਣ ਕੀਤਾ ਆਪਣੇ ਅੰਦਰੋਂ ਔਰ ਸਦਾ ਵਿਗਾਸ ਵਿਗਾਸ ਦਾ ਭਉ ਖੇੜਾ ਕਹਿੰਦੇ ਉਹ ਹਮੇਸ਼ਾ ਖੇੜੇ ਚ ਰਹਿੰਦੇ ਆ ਖੁਸ਼ੀਆਂ ਚ ਰਹਿੰਦੇ ਆ ਚਾਹਵੋ ਚ ਰਹਿੰਦੇ ਆ ਉੰਤੇ ਅੰਦੇ ਹ ਅੱਪਰ ਰੋਜ਼ ਗੁਰਬਾਣੀ ਪੜ੍ਹਦੇ ਆ ਰੋਜ਼ਗੁਰੂ ਘਰ ਜਾਂਦੇ ਆ ਸਾਨੂੰ ਕੋ ਪੁੱਛਦਾ ਤੇ ਆਪਾਂ ਬੜੇ ਪਿਆਰ ਨਾਲ ਕਹਿੰਨੇ ਆ ਉਹ ਸਾਨੂੰ ਤੇ 40 50 ਸਾਲ ਹੋ ਗਏ ਬਾਣੀ ਸੁਣਦੇ ਆ ਸੰਤ ਤੋਂ 40 50 ਸਾਲ ਹੋ ਗਏ ਕਥਾ ਸੁਣਦੇ ਆ ਸੰਤ ਤੋਂ 40 50 ਸਾਲ ਹੋ ਗਏ ਕੀਰਤਨ ਸੁਣਦੇ ਆ ਕਹਿੰਨੇ ਪਰ ਕਦੀ ਵਿਚਾਰ ਕਰਿਓ ਕਿ ਗੁਰੂ ਸਾਹਿਬan ਗਿਆ ਸੁਣ ਐ ਦੁਖ ਪਾਪ ਕਾ ਨਾਸ ਕਿ ਤੁਹਾਡੇ ਦੁੱਖਾਂ ਤੇ ਪਾਪਾਂ ਦਾ ਨਾਸ ਨਹੀਂ ਹੋਇਆ ਤੁਸੀਂ ਕਹਿੰਦੇ ਸੁਣਿਆ ਆ ਤੁਸੀਂ ਇਹਦੇ ਸੁਣਿਆ ਹੀ ਨਹੀਂ ਕਿਉਂਕਿ ਤੁਹਾਡੇ ਦੁੱਖ ਤੇ ਪਾਪਾਂ ਦੇ ਖੜੇ ਨੇ ਤੁਹਾਨੂੰ ਨਹੀਂ ਸੁਣਿਆ ਨਹੀਂ ਸੁਣਿਆ ਨਹੀਂ ਹੁਣ ਬੜੀ ਹੈਰਾਨਗੀ ਵਾਲੀ ਗੱਲ ਆ ਵੀ ਕਿੱਦਾਂ ਕਹੀ ਇਹ ਸੁਣਿਆ ਨਹੀਂ ਸੁਣਿਆ ਨਹੀਂ ਕਿੱਦਾਂ ਕਹੀ ਬੜੌਕ ਤੇ ਗੁਰੂ ਸਾਹਿਬ ਨੇ ਸਮਝਾਉਣ ਲੱਗੇ ਕਹਿੰਦੇ ਗਾਵੀਏ ਸੁਣੀਏ ਮਨ ਰੱਖਿਏ ਆਓ ਵਿਚਾਰ ਕਰਨਾ ਗਾਵੀਏ ਸੁਣੀਏ ਗਾਵੀਏ ਦਾ ਪਾਪ ਕੀ ਹੈ ਗਾਉਣਾ ਗਾਉਣਾ ਦਾ ਪਾਪ ਕੀ ਕਿਸੇ ਚੀਜ਼ ਨੂੰ ਉਚਾਰਨ ਕਰਨਾ ਹੁਣ ਗਾਉਣਾ ਕਹਿੰਦੇ ਕਿਸੇ ਜੀ ਨੂੰ ਉਚਾਰਨ ਕਰਨਾ ਹੁਣ ਗਾਉਣਾ ਕਹਿੰਦੇ ਕਹਿੰਦੇ ਗਾਵੀਏ ਹੁ ਕੀ ਗਾਉਣਾ ਕਹਿੰਦੇ ਵਾਇਗੁਰੂ ਸ਼ਬਦ ਨੂੰ ਅੰਦਰ ਉਚਾਵਰ ਕਰ ਉਚਾਰਨ ਕਰਨਾ ਜਿਹੜਾ ਗੁਰੂ ਕੋਲ ਸ਼ਬਦ ਲਿਆ ਹੈ ਪੰਜਾਬ ਪੈਰਾ ਕੋਸ਼ੇ ਉੱਤੇ ਲਿਆ ਹੈ ਉਹਨੂੰ ਆਪਾਂ ਆਪਣੇ ਅੰਦਰ ਉਚਾਰਨ ਕਰਨਾ ਹੈ ਗਾਉਣਾ ਹੈ ਠੀਕ ਹੈ ਹੁਣ ਗਾਉਂਦਿਆਂ ਗਾਉਂਦਿਆਂ ਕਰਨਾ ਕੀ ਹੈ ਸੁਣੀਏ ਸੁਣੀਏ ਸੁਣਨਾ ਕੀ ਹੈ ਅਸਲ ਚ ਸੁਣਨ ਦਾ ਭਾਵ ਕੀ ਹੈ ਕੋਈ ਦੋ ਜਣੇ ਆਪਸ ਵਿੱਚ ਗੱਲਾਂ ਕਰਦੇ ਪਏ ਸੀ ਇੱਕ ਸਜਣ ਥੋੜਾ ਜਿਹਾ ਸਿਆਣਾ ਸੀ ਸਮਝਦਾਰ ਸੀ ਉਹ ਦੂਜੇ ਨੂੰ ਸਮਝਾਉਣ ਲੱਗ ਪਿਆ ਗੱਲ ਕੋ ਲਗਾ ਜਦੋਂ ਗੱਲ ਸਮਝਾਉਣ ਲੱਗਾ ਗੱਲ ਸਮਝਾਉਂਦੇ ਆ ਸਮਝਾਉਂਦੇ ਆ ਉਹਦਾ ਸੁਣਦਾ ਪਿਆ ਸੀ ਉਹ ਵਿਚੋ ਕਹਿੰਦਾ ਕਹਿੰਦਾ ਭਾਈ ਸਭਾ ਗੱਲ ਦੁਬਾਰਾ ਬੋਲਿਓ ਕਹਿੰਦਾ ਕਿਉਂ ਕਹਿੰਦਾ ਮੈਂ ਧਿਆਨ ਨਹੀਂ ਦਿੱਤਾ ਮਨ ਤੇ ਆਂਦਣਾ ਸੁਣਨਾ ਨਹੀਂ ਗਿਆ ਹੁੰਦਾ ਮਨ ਤੇ ਆਂ ਨਹੀਂ ਰਿਤ ਇਹਦਾ ਮਤਲਬ ਉਹਦਾ ਸੁਣਨਾ ਲਫ਼ਜ਼ ਹੈ ਉਹ ਧਿਆਨ ਤੇ ਡਿਪੈਂਡ ਹੈ ਕਹਿੰਦਾ ਮੇਰਾ ਧਿਆਨ ਨਹੀਂ ਇੱਕ ਧਿਆਨ ਨਾ ਹੋਣ ਕਰਕੇ ਜੋ ਉਹਨੇ ਬੋਲੇ ਉਹ ਸੁਣਿਆ ਨਹੀਂ ਗਿਆ ਗੁਰੂ ਜੀ ਦੇ ਗਾ ਵੀ ਹੈ ਗਾਉਂਦੇ ਸਾਰੇ ਰਹਿਏ ਗੁਰਬਾਣੀ ਵੀ ਗਾਉਂਦੇ ਆ ਵਾਹਿਗੁਰੂ ਵਾਹਿਗੁਰੂ ਸ਼ਬਦੀ ਤੇ ਰਤਨਾ ਕਰਨ ਰਹਿ ਆਪਾਂ ਪਰ ਸੁਣੀਏ ਸੁਣਿਆ ਨਹੀਂ ਹੈ ਕਹਿੰਦਾ ਪਾਪ ਕਿ ਜੋ ਅਸੀਂ ਆਪਣੇ ਮਨ ਵਿੱਚ ਵੈਗਰੂ ਵੈਗਰੂ ਸ਼ਬਦ ਦਾ ਉਚਾਰਨ ਕਰਦੇ ਆ ਉਹਦੇ ਵਿੱਚ ਕਿਸੇ ਦੀ ਧਿਆਨ ਹੀ ਨਹੀਂ ਲਾਇਆ ਸੁਣਿਆ ਹੀ ਨਹੀਂ ਸੀ ਗਾ ਵੀ ਸੁਣੀਏ ਹੁਣ ਅਸੀਂ ਸੁਣਿਆ ਹੀ ਨਹੀਂ ਜੇ ਸੁਣਿਆ ਹੁੰਦਾ ਤੇ ਗੁਰੂ ਨਾਨਕ ਪਾਸ਼ਾ ਕਹਿੰਦੇ ਸੁਣ ਐ ਦੁੱਖ ਆਪਕਾ ਨਾਸ਼ ਸਾਡੇ ਨਾਸ਼ ਨਹੀਂ ਹੋਏ ਇਹਦਾ ਮਤਲਬ ਕੋਈ ਸਾਡੇ ਸੁਣਨ 'ਚ ਕਮੀ ਐ ਇਹਦਾ ਮਤਲਬ ਅਸੀਂ ਵਾਇਗਰੂ ਵਾਇਗਰੂ ਕਰਦੇ ਆਂ ਗੁਰਬਾਣੀ ਪੜ੍ਹਦੇ ਆਂ ਗੁਰੂ ਘਰ ਜਾ ਕੇ ਕਥਾ ਕੀਰਤਨ ਸਰਵਣ ਕਰਦੇ ਆਂ ਪਰ ਸਾਡਾ ਧਿਆਨ ਉੱਥੇ ਨਹੀਂ ਹੁਣ ਧਿਆਨ ਉੱਥੇ ਕਿਉਂ ਨਹੀਂ ਗੁਰੂ ਸਾਹਿਬ ਨੇ ਅੱਗੇ ਜਾ ਕੇ ਕਹਿਤਾ ਗਾਵੀਏ ਸੁਣੀਏ ਮਨ ਰੱਖੀਏ ਭਾਉ ਰੱਖੀਏ ਕਿ ਨੂੰ ਕਹਿੰਦੇ ਆਂ ਆਪਾਂ ਬੱਚੇ ਨੂੰ ਕਹਿੰਦੇ ਬੇਟਾ ਚੀਜ਼ ਉੱਥੇ ਰੱਖਿਆ ਉੱਤੇ ਟਿਕਾਇਆ ਰੱਖਣ ਦਾ ਪਾਉ ਟਿਕਾਉਣਾ ਉੱਤੇ ਟਿਕਾਇਆ ਉਹਨੇ ਰੱਖਤੀ ਹੈ ਤੇ ਕਈ ਵਾਰ ਦੇਖਿਓ ਤੁਸੀਂ ਮੱਛੇ ਨੇ ਪੁੱਛਿਆ ਬਟੇ ਉਹ ਤਨ ਚੀਪ ਲੈ ਜੀ ਕਿੱਥੇ ਰੱਖੀ ਹੁੰਦਾ ਪਪਾ ਇਹ ਮੁੱਤੇ ਟਿਕਾਉਤੀ ਰੱਖਣ ਦਾ ਪਾਵ ਟਿਕਾਉਣਾ ਗੁਰੂ ਸਾਹਿਬ ਨੇ ਕਹਿੰਦੇ ਕਈ ਗੱਲਾਂ ਨੇ ਪਹਿਲਾਂ ਗਾਉਣਾ ਆ ਇਹਦੇ ਮਤਲਬ ਸ਼ਬਦ ਨੂੰ ਉਚਾਰਨ ਕਰਨਾ ਫਿਰ ਚ ਧਿਆਨ ਵਿੱਚ ਲਾਉਣਾ ਧਿਆਨ ਲਾਵੇਂਗਾ ਤੇ ਫਿਰ ਉਹ ਟਿਕੂਗਾ ਇਹ ਧਿਆਨ ਨਹੀਂ ਲਾਵੇਂਗਾ ਤਾਂ ਟਿਕੂ ਗੱਲ ਨਹੀਂ ਠੀਕ ਹੈ ਹੁਣ ਧਿਆਨ ਦੇਣਾ ਜਿਹੜਾ ਬੰਦਾ ਬੋਲ ਬੋਲਦਾ ਪਿਆ ਸੀ ਦੂਜਾ ਬੰਦਾ ਕਹਿੰਦਾ ਵੀ ਆ ਦੁਬਾਰਾ ਬੋਲਿਓ ਉਹਨੇ ਪਹਿਲਾਂ ਬੋਲਿਆ ਤਾਂ ਹੈ ਉਹ ਕਿੱਥੇ ਗਿਆ ਉਹਨੇ ਪਹਿਲਾਂ ਬੋਲਿਆ ਤਾਂ ਹੈ ਉਹ ਕਿੱਥੇ ਗਿਆ ਇਹਦੇ ਧਿਆਨ ਨਾ ਲੱਗਣ ਕਰਕੇ ਜੋ ਉਹਨੇ ਬੋਲਿਆ ਸੀ ਉੱਡ ਗਿਆ ਇੰਨੇ ਸੁਣੇ ਨਹੀਂ ਉੱਟ ਗਿਆ ਤੇ ਗੁਰੂ ਸਾਭਣ ਕਹਿੰਦੇ ਜਿੰਨਾ ਮਰਜ਼ੀ ਅਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਆ ਜਿੰਨਾ ਚਿਰ ਸਾਡਾ ਧਿਆਨ ਨਹੀਂ ਲੱਗਦਾ ਸਾਰਾ ਵਾਹਿਗੁਰੂ ਵਾਹਿਗੁਰੂ ਉੱਟਦਾ ਹੀ ਜਾਂਦੇ ਆ ਉੱਟ ਗਿਆ ਕਿਉਂਕਿ ਬਾਣੀ ਚ ਇੱਕ ਪੰਕਤੀ ਹੋਰ ਆਉਂਦੀ ਆ ਸਦੀਵਾਰ ਦੇ ਅੰਤ 474 ਅੰਦ ਦੇ ਉੱਤੇ ਗੁਰੂ ਸਾਭਣ ਕਹਿੰਦੇ ਆ ਕਹਿੰਦੇ ਜੋ ਜੀਏ ਹੋਏ ਸੋ ਉਗਵੇ ਮੂੰ ਕਾ ਕਿਆ ਵਾਹ ਜੋ ਜੀਏ ਹੋਏ ਕਹਿੰਦੇ ਜਿਹੜਾ ਸ਼ਬਦ ਮੇਰੇ ਮਨ ਦੇ ਅੰਦਰ ਹੈਗਾ ਉਹ ਤੇ ਉੱਗੇਗਾ ਉਹ ਪੁੰਗਰੇਗਾ ਉਹ ਪ੍ਰਕਾਸ਼ਿਤ ਹੋਵੇਗਾ ਮੂੰ ਕਾ ਕਿਆ ਵਾਹ ਜਿਹੜਾ ਮੈਂ ਕੇਵਲ ਤਾਂ ਕੇਵਲ ਮੂੰ ਤੱਕ ਹੀ ਸੀਮਤ ਹੈ ਮੂੰ ਨਾਲ ਵੈਗਰੂ 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 ਕਹੀ ਜਾਂਦੇ ਆ ਪਰ ਉਹ ਮੇਰਾ ਧਿਆਨ ਵਿੱਚ ਨਹੀਂ ਡਿੱਗਦਾ ਤੇ ਗੁਰੂ ਸਾਹਿਬ ਨੇ ਕਹਿਣ ਲੱਗੇ ਸਾਰਾ ਹਵਾ ਜੀ ਮਿਲਦਾ ਜਾਂਦੇ ਉਹਨੇ ਪ੍ਰਕਾਸ਼ਿਤ ਨਹੀਂ ਹੋਣਾ ਉਨੇ ਬਣਾ ਨਹੀਂ ਕਿਵੇਂ ਜਿਵੇਂ ਪੈਲੀ ਚ ਆਪਾਂ ਹਲ ਬੋਨੇ ਆ ਹਲ ਬੋਨੇ ਆ ਤੇ ਮੁੜ ਕੇ ਬੀਜ ਖਿਲਾਰਦੇ ਆ ਤੇ ਫਿਰ ਸਵਾਗਾ ਮਾਰਦੇ ਆ ਸਵਾਗਾ ਕਦ ਲਈ ਮਾਰਦੇ ਆ ਕਿਉਂ ਜਿੰਨਾ ਬੀਜ ਖਿਲਾਰਿਆ ਉਹ ਜ਼ਮੀਨ ਤੇ ਢੇਠਾ ਆ ਜਾਵੇ ਜਦੋਂ ਢੇਠਾ ਆਉਗਾ ਨਾ ਤੇ ਧਰਤੀ ਦੀ ਗਰਮੈਚ ਨਾਲ ਉਹ ਬੀਜ ਜਿਹੜਾ ਪੁੰਗਰੂਗਾ ਫਟੂਗਾ ਉਹਨੂੰ ਗਰਮੈਚ ਚਾਹੀਦੀ ਹੈ ਉਹ ਬੀਜ ਦੁਕਾਨ ਤੇ ਪਿਆ ਉਗ ਨਹੀਂ ਸਕਦਾ ਕਿਉਂਕਿ ਧਰਤੀ ਦੀ ਗਰਮੈਚ ਚਾਹੀਦੀ ਹੈ ਜਦੋਂ ਤਰਤੀ ਦੀ ਗਰਮਿਆਸ਼ ਮਿਲੀ ਤੇ ਉਹ ਫੁੱਟ ਪਿਆ ਉਹ ਪੁੰਗਰ ਪਿਆ ਪਰ ਜਦੋਂ ਦੁਕਾਨਦਾਰ ਘੁੱਪਿਆ ਜਾਂ ਭਾਵੇਂ ਤੁਹਾਡੇ ਘਰ ਵੀ ਪਿਆ ਉਹ ਪੁੰਗਰਣਾ ਨਹੀਂ ਤੇ ਗੁਰੂ ਸਾਹਿਬ ਨੇ ਕਹਿੰਦੇ ਆ ਕਿ ਜਿਹੜਾ ਵਾਹਿਗੁਰੂ ਸ਼ਬਦ ਹੈ ਨਾ ਇੱਕ ਤਰ੍ਹਾਂ ਦਾ ਬੀਜ ਹੈ ਨਾਮ ਬੀਜ ਹੋਰ ਮੰਤਰ ਹੈ ਬੀਜ ਕਹਿੰਦੇ ਪਰ ਇਹਨੂੰ ਤੇਰੇ ਮਨ ਰੂਪੀ ਤਰਤੀ ਦੀ ਗਰਮਿਆਸ਼ ਚਾਹੀਦੀ ਹੈ ਪੁੰਗਰਨ ਲਈ ਹੁਣ ਮੂਹ ਕਹਿਆ ਵਾਹੋ ਤੇ ਮੂਹ ਨਾਲ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਨਾਂ ਪਰ ਧਰਤੀ ਵਿੱਚ ਬੀਜਿਆ ਗਿਆਨੀ ਤੇਰੇ ਮਨ ਵਿੱਚ ਇਹ ਪਹੁੰਚਿਆ ਨਹੀਂ ਉੱਥੇ ਟਿਗਿਆ ਨਹੀਂ ਤੇ ਕਹਿੰਦੇ ਫਿਰ ਧਿਆਨ ਦੇ ਇਹਨੇ ਕਦੀ ਪੁੰਗਰਨਾ ਨਹੀਂ ਕਦੀ ਤੇਰੇ ਅੰਦਰ ਦਾ ਪ੍ਰਕਾਸ਼ ਨਹੀਂ ਹੋਣਾ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਐ ਨਿਓ ਬੀਜੇ ਵਿਖ ਬੀਜ ਤਾਂ ਤੇ ਜ਼ਹਿਰ ਪਿਆ ਬੀਜ ਦਾ ਤਾਂ ਤੇ ਜ਼ਹਿਰ ਪਿਆ ਜ਼ਹਿਰ ਕੀ ਇਹ ਮਨ ਕਰਦਾ ਗੱਲ ਇਹ ਬੀਜ ਬਾਹਰ ਪਿਆ ਤੇ ਲੱਭਣ ਧਰਤੀ ਚ ਡਿਆ ਹੁਣ ਧਿਆਨ ਦਿਓ ਵੀ ਤੁਹਾਡੇ ਘਰ ਪਿਆ ਤੁਸੀਂ ਪਹਿਲੇ ਚੱਕਰ ਮਾਰਦੇ ਫਿਰਦੇ ਜੋ ਗਿਆ ਕੁਝ ਨਹੀਂ ਅਜੋ ਗਿਆ ਕੁਝ ਨਹੀਂ ਉਹ ਧਰਤੀ ਚ ਪਾਓਗੇ ਤੁਰੂਗਾ ਨਾਮ ਜਿਹੜਾ ਹੈ ਮਨ ਚ ਟਿਕੂਗਾ ਤੇ ਉਗੂਗਾ ਵਰਨਾ ਉਗਣਾ ਨਹੀਂ ਇਹਨੂੰ ਕਹਿੰਦੇ ਬੀਜਪਿਕ ਜੜ ਬੀਜੰਦੇ ਤੇ ਮੰਗਣ ਕਿੱਡਿਆ ਆਤਮਿਕ ਜੀਵਨ ਵੇਖੋ ਆ ਉਹਨੇ ਉਹ ਵੇਖ ਲੋ ਇਹਦਾ ਕਹਿੰਦੇ ਹੁਣ ਦੇਖੋ ਧਿਆਨ ਲੈਣਾ ਹੁਣ ਇਹਦਾ ਪੱਕੇ ਕਿੱਥੇ ਟਿਕਿਆ ਗਾਵੀਏ ਸੁਣੀਏ ਮਨ ਰੱਖੀਏ ਕੀ ਰੱਖੀ ਭਾਉ ਹੁਣ ਭਾਉ ਕਿਹਨੂੰ ਕਹਿੰਦੇ ਆ ਭਾਉ ਪ੍ਰੇਮ ਨੂੰ ਵੀ ਕਹਿੰਦੇ ਆ ਭਾਉ ਭਾਵਨਾ ਨੂੰ ਵੀ ਕਹਿੰਦੇ ਆ ਆਪ ਜੀ ਨੂੰ ਯਾਦ ਹੋਏਗਾ ਕਿ ਆਪਾਂ ਥੋੜੇ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਭਾਵਨਾ ਕਿਹਨੂੰ ਕਹਿੰਦੇ ਆ ਪ੍ਰੇਮ ਜਮਾ ਭਰੋਸਾ ਇਕੁਅਲ ਟੂ ਭਾਵਨਾ ਹੁਣ ਵਿਚਾਰ ਕਰਨਾ ਜਰਾ ਪ੍ਰੇਮ ਜਮਾ ਭਰੋਸਾ ਦੋਨੋਂ ਇਕੱਠੇ ਇਹਨਾਂ ਦੋਨਾਂ ਦਾ ਸਬੰਧ ਜਿਹੜਾ ਹੈ ਉਹ ਭਾਵਨਾ ਬਣਦੀ ਹੈ ਪਰ ਵਿਚਾਰ ਕਰਨਾ ਕਈ ਥਾਵਾਂ ਤੇ ਜਿੱਦੇ ਨਾਲ ਆਪਾਂ ਪ੍ਰੇਮ ਕਰਦੇ ਆ ਉੱਤੇ ਆਪਾਂ ਭਰੋਸਾ ਨਹੀਂ ਕਰ ਸਕਦੇ ਜਿੱਤੇ ਆਪਾਂ ਭਰੋਸਾ ਕਰਦੇ ਆ ਉਹਦੇ ਨਾਲ ਆਪਾਂ ਪ੍ਰੇਮ ਨਹੀਂ ਕਰ ਸਕਦੇ ਕਹੋਗੇ ਕਿ ਦੋ ਹੋ ਸਕਦਾ ਇੱਕ ਦੋ ਹੋ ਸਕਦਾ ਇੱਕ ਬੱਚਾ ਆ ਦੇਖ ਬੱਚਾ ਆ ਬੱਚੇ ਨਾਲ ਮਾਂ ਕਿੰਨਾ ਪ੍ਰੇਮ ਕਰਦੀ ਹੈ ਪਿਓ ਕਿੰਨਾ ਪ੍ਰੇਮ ਕਰਦਾ ਪਰ ਸਦਕੇ ਜਾਵਾਂ ਬੱਚੇ ਤੇ ਭਰੋਸਾ ਕੋਈ ਨਹੀਂ ਕਰਦਾ ਭਰੋਸਾ ਕੋਈ ਨਹੀਂ ਕਰਦਾ ਮਾਂ ਨੂੰ ਪੁੱਛਿਆ ਕਿ ਤੁਸੀਂ ਚੱਲਿਓ ਤੇ ਕੋਈ ਨਹੀਂ ਬੱਚਾ ਘੜੀ ਤੁਸੀਂ ਨਾ ਪ੍ਰੇਮ ਕਰਦੇ ਹੋ ਕਹਿੰਦੇ ਜੇ ਪ੍ਰੇਮ ਕਰਦੀਆਂ ਪਰ ਬੱਚਾ ਅਜੇ ਇਹਦੀ ਮਤ ਛੂਤੀ ਹੈ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਨਿਦਾਨ ਮੂਰਖ ਹੈ ਜੀ ਹੋ ਗਿਆ ਹੁਣ ਇੱਕ ਇਨਸਾਨ ਤੁਹਾਡੇ ਘਰ ਆਉਂਦਾ ਹੈ ਤੁਹਾਡਾ ਕੰਮ ਕਰ ਕਰਦਾ ਤੁਹਾਡਾ ਮਾਲੀ ਹੈ ਤੁਹਾਡਾ ਨੌਕਰ ਹੈ ਜਾਂ ਕੁਝ ਵੀ ਹੈ ਤੁਸੀਂ ਪਰੋਸਾ ਬੜਾ ਕਰਦੇ ਹੋ ਬੜਾ ਪਰੋਸਾ ਕਰਦੇ ਹੋ ਬਸ ਅਦਗੇ ਜਾਵੋ ਤਾਂ ਨਾ ਪ੍ਰੇਮ ਨਹੀਂ ਕਰਦੇ ਜਿਹੜਾ ਬੰਦਾ ਕਹਿੰਦਾ ਜੀ ਬੜਾ ਪਰੋਸੇ ਵਾਲਾ ਬੰਦਾ ਜੀ ਬੜਾ ਹੀ ਪਰੋਸੇ ਵਾਲਾ ਬੰਦਾ ਜੀ ਬੜਾ ਹੀ ਪਰੋਸੇ ਵਾਲਾ ਬੰਦਾ ਜੀ ਪਰ ਕਦੀ ਜਨਾਨੀ ਨੇ ਕਿਹਾ ਮੈਂ ਤਾਂ ਨਾ ਪ੍ਰੇਮ ਕਰਦੀ ਕਿਉਂਕਿ ਦੋਨੋਂ ਸਬੰਧ ਦੋਨੋਂ ਚੀਜ਼ਾਂ ਕਿਸੇ ਇੱਕ ਨਾਲ ਕੀਤੀਆਂ ਜਾਂਦੀਆਂ ਉਹ ਕੇਵਲ ਤਾਂ ਕੇਵਲ ਪਰਮਾਤਮਾ ਹੈ ਜਿੱਤੇ ਭਰੋਸਾ ਵੀ ਕੀਤਾ ਜਾਂਦਾ ਤੇ ਪ੍ਰੇਮ ਨਹੀਂ ਕੀਤਾ ਜਾਂਦਾ ਕੱਲਾ ਹੀ ਪਰਮਾਤਮਾ ਹੈ ਕਿਉਂਕਿ ਜਿੱਤੇ ਮੈਂ ਭਰੋਸਾ ਕੀਤਾ ਪਰ ਪ੍ਰੇਮ ਨਹੀਂ ਕੀਤਾ ਉਹਦੇ ਨਾਲ ਮੇਰਾ ਸਬੰਧ ਨਹੀਂ ਕੋਈ ਤੇ ਜਿੱਤੇ ਨਾਲ ਮੈਂ ਪ੍ਰੇਮ ਕੀਤਾ ਪਰ ਭਰੋਸਾ ਕੋਈ ਨਹੀਂ ਕੀਤਾ ਉਹ ਤੇ ਬਚਪਨਾ ਹੈ ਉਹ ਨਦਾਨ ਹੈ ਕਹਿੰਦੇ ਫਿਰ ਇੱਕੋ ਹੀ ਹੈ ਜਿਹਦੇ ਨਾਲ ਮੇਰਾ ਸੰਬੰਧ ਵੀ ਹੈ ਜਿਹੜਾ ਨਿਧਾਨ ਵੀ ਨਹੀਂ ਹੈ ਕਹਿੰਦੇ ਕੁੱਲਾ ਪ੍ਰਮਾਤਮਾ ਹੀ ਜਿਸ ਨਾਲ ਭਰੋਸਾ ਵੀ ਕਰ ਸਕਦਾ ਤੇ ਪ੍ਰੇਮ ਵੀ ਕਰ ਸਕਦਾ ਕਹਿੰਦੇ ਫਿਰ ਇਹ ਬਣਨਾ ਕਿੱਥੋਂ ਇਹਨੇ ਪੈਦਾ ਕਿੱਥੋਂ ਹੋਣਾ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਕਹਿੰਦੇ ਪਹਿਲਾਂ ਸ਼ਬਦ ਨੂੰ ਗਾਇਨ ਕਰ ਉਚਾਰਨ ਕਰ ਫਿਰ ਸੁਨਣਾ ਕਰ ਸੁਣਨਾ ਪਾਵੈ ਧਿਆਨ ਲਾ ਫਰਨਾਬ ਜੀ ਯਾਦ ਕਰੋ ਵਾਇਗਰੂ 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 ਕਰਦਿਆਂ 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 ਪਤਾ ਨਹੀਂ ਕਿੰਨੀ ਉਮਰ ਬਤੀਤ ਹੋ ਜਾਂਦੀ ਤੇ ਮਨ ਵਿੱਚ ਇੱਕ ਸਵਾਲ ਪੈਦਾ ਹੁੰਦਾ ਕਿ ਲੋਕ ਕਹਿੰਦੇ ਨੇ ਕਿ ਯਾਰ ਰੱਬ ਚੱਟ ਲੱਭ ਜਾਂਦਾ ਸਾਨੂੰ ਤੇ 40 ਸਾਲ ਹੋ ਗਏ 50 ਸਾਲ ਹੋ ਗਏ ਸੰਤ ਕੁਝ ਲੱਭਾ ਨਹੀਂ ਕਿਤੇ ਚੱਟ ਲੱਭ ਜਾਂਦਾ ਸਾਰੇ ਦੇ ਦਰਦ ਗਲੀ ਕੋਈ ਨਹੀਂ ਕਾਰਨ ਕੀ ਹੈ ਕਿ 30 ਸਾਲ 40 ਸਾਲ ਉਚਾਰਨ ਕਰਦਿਆਂ ਹੋ ਗਿਆ ਅਸੋਨੀ ਨਹੀਂ ਤੇ ਗੁਰੂ ਸਾਹਿਬ ਬਣ ਗਿਆ ਇੱਕ ਨਿਮਖ ਜੋ ਸਿਮਰਨ ਮੈਂ ਜੀਆ ਕਹਿੰਦਾ ਇੱਕ ਅੱਖ ਦੇ ਝਮਕੇ ਦੇ ਬਰਾਬਰ ਵੀ ਕੋਈ ਆਪਣੀ ਜ਼ਿੰਦਗੀ ਆਪਣਾ ਜੀਵਨ ਜਿਹੜਾ ਇਸ ਸਿਮਰਨ ਵਿੱਚ ਜੀ ਗਿਆ ਤੇ ਸਿਮਰਨ ਵਿੱਚ ਜੀ ਕੌਣ ਗਿਆ ਜਿਹਦਾ ਉਸ ਸ਼ਬਦ ਦੇ ਵਿੱਚ ਧਿਆਨ ਟਿਕਿਆ ਉਹਨੇ ਸੁਣਿਆ ਜਿਹਦਾ ਧਿਆਨ ਨਹੀਂ ਟਿਕਿਆ ਉਹਨੇ ਕੁਝ ਵੀ ਨਹੀਂ ਸੁਣਿਆ ਗੁਰੂ ਸਾਹਿਬਾਂ ਨੇ ਗੱਜ ਕੇ ਕਿਹਾ ਕਹਿੰਦੇ ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਕਹਿੰਦੇ ਵੀ ਧਿਆਨ ਨਹੀਂ ਇਹ ਜਿਹੜਾ ਸ਼ਬਦ ਹੈ ਦੀ ਰੱdna ਜਿਹੜੀ ਹੈ ਕਹਿੰਦੇ ਅੱਖਾਂ ਨਾਲ ਦਿਸਣੀ ਨਹੀਂ ਹੈ ਪਰ ਇਹਨਾਂ ਕੰਨਾਂ ਨਾਲ ਸੁਣੀ ਨਹੀਂ ਜਾਣੀ ਹੈ ਬਾਸ ਇਹ ਅੰਦਰ ਦੀ ਗੱਲ ਹੈ ਧਿਆਨ ਇਹਨੂੰ ਕਹਿੰਦੇ ਆ ਧਿਆਨ ਅੰਦਰ ਟਿਕਣਾ ਤੇ ਧਿਆਨ ਦੇ ਜਰੀਏ ਆਪਾਂ ਆਪਣੇ ਸ਼ਬਦ ਨੂੰ ਸਰਵਣ ਕਰਨਾ ਜਿੱਦ ਦਿਨ ਧਿਆਨ ਟਿਕ ਗਿਆ ਫਿਰ ਭਾਵ ਭਾਵਨਾ ਪੈਦਾ ਹੋਵੇਗੀ ਪ੍ਰੇਮ ਪੈਦਾ ਹੋਵੇਗਾ ਚਾਹ ਪੈਦਾ ਹੋਵੇਗਾ ਖਿੱਚ ਪੈਦਾ ਹੋਵੇਗਾ ਕਿਉਂਕਿ ਗੁਰੂ ਸਾਹਿਬ ਜੀ ਨੇ ਲਿਖਿਆ ਅੰਤਰ ਪਿਆਸ ਉੱਠੀ ਪ੍ਰਭ ਕੇ ਦੀ ਅੰਤਰ ਪਿਆਸ ਉੱਠੀ ਪ੍ਰਭ ਕੇ ਦੀ ਸੁਣ ਗੁਰ ਬਚਨ ਮਨ ਤੀਰ ਲੱਗ ਗਿਆ ਕਹਿੰਦੇ ਮੈਂ ਗੁਰੂ ਦੇ ਬਚਨ ਕਦੇ ਸੁਣੇ ਮੈਨੂੰ ਤਾਂ ਇੱਕ ਤੀਰ ਦੀ ਨਾਈ ਵਜੇ ਕਿ ਮੇਰਾ ਜਿਹੜਾ ਮਨ ਸੀ ਛੰਨੀ ਛੰਨੀ ਹੋ ਗਿਆ ਇਹਦਾ ਮਤਲਬ ਮੇਰੇ ਮਨ ਦੇ ਜਿਹੜੇ ਵਿਚਾਰ ਸੀ ਨਾ ਸਾਰੇ ਖਿੰਡ ਗਏ ਸਭ ਕਹਿੰਦੇ ਉਹਨਾਂ ਦੀ ਤਾਕਤ ਬੜੀ ਹੁੰਦੀ ਆਪਣੇ ਵਿਚਾਰਾਂ ਦੀ ਆਪਾਂ ਆਪਣੇ ਵਿਚਾਰਾਂ ਕਰਕੇ ਤਾਕਤ ਲਈ ਫਿਰਦੇ ਮੈਂ ਇਹ ਕਰ ਸਕਦਾ ਮੈਂ ਉਹ ਕਰ ਸਕਦਾ ਮੈਂ ਇਹ ਕਰ ਦੂੰਗਾ ਮੈਂ ਉਹ ਕਰ ਦੂੰ ਆਪਣੇ ਅੰਦਰਲੇ ਵਿਚਾਰਾਂ ਕਰਕੇ ਅਸੀਂ ਇੱਕ ਤਾਕਤ ਬਣਾ ਕੇ ਬੈਠੇ ਹੋਏ ਹਾਂ ਤੇ ਗੁਰੂ ਦੇ ਸ਼ਬਦ ਦਾ ਲੱਗਾ ਤੀਰ ਜਿਹੜੇ ਵਿਚਾਰਾਂ ਦੀ ਤਾਕਤ ਹੀ ਸਾਰੀ ਖਤਮ ਹੋ ਗਈ ਸਾਟ ਦੇ ਰਿਹਾ ਹੁਣ ਗੁਰੂ ਸਾਹਿਬ ਸਮਝਾਉਣ ਲੱਗੇ ਕਹਿੰਦੇ ਗਾ ਵੀ ਸੁਣੀਏ ਮੰਨ ਰੱਖੀਏ ਭਾਉ ਕਹਿੰਦੇ ਪਰ ਧਿਆਨ ਦੇਈਏ ਦਾਤ ਕਿਥੋਂ ਮਿਲਣੀ ਆ ਭਗਤ ਰਵਿਦਾਸ ਮਹਾਰਾਜ ਜੀ ਕਹਿਣ ਲਗੇ ਕਹਿੰਦੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ ਸਾਧ ਸੰਗਤ ਬਿਨਾ ਭਾਵ ਨਹੀਂ ਉਪਜੇ ਸਾਧ ਸੰਗਤ ਕਹਿੰਦਾ ਸਤਿਗੁਰੂ ਦੀ ਸੰਗਤ ਤੋਂ ਬਗੈਰ ਅੰਦਰ ਭਾਵਨਾ ਪੈਦਾ ਨਹੀਂ ਹੋ ਸਕਦੀ ਅੰਦਰ ਪਰਮਾਤਮਾ ਦੇ ਮਿਲਣ ਦਾ ਚਾਹ ਪੈਦਾ ਨਹੀਂ ਹੋ ਸਕਦਾ ਜੇ ਨਾ ਜਪਾ ਸਤਿਗੁਰ ਦੀ ਸੰਗਤ ਨਹੀਂ ਕਰਦੇ ਸਤਿਗੁਰ ਦੀ ਸੰਗਤ ਬਹੁਤ ਜ਼ਰੂਰੀ ਹੈ ਕਹਿੰਦਾ ਸਤਿਗੁਰ ਦੀ ਸੰਗਤ ਤੋਂ ਬਿਨਾਂ ਮਨ ਵਿੱਚ ਭਾਵਨਾ ਚਾਹ ਪ੍ਰੇਮ ਪੈਦਾ ਨਹੀਂ ਹੋ ਸਕਦਾ ਭਰੋਸਾ ਪੈਦਾ ਨਹੀਂ ਹੋ ਸਕਦਾ ਭਾਵ ਬਿਨਾ ਭਗਤ ਨਹੀਂ ਹੋਏ ਤੇਰੀ ਕਹਿੰਦੇ ਭਾਵਨਾ ਤੋਂ ਬਿਨਾਂ ਪਰਮਾਤਮਾ ਤੇਰੀ ਭਗਤੀ ਨਹੀਂ ਹੋ ਸਕਦੀ ਜਿੰਨਾ ਚਿਰ ਪ੍ਰੇਮ ਤੇ ਭਰੋਸਾ ਦੋਨੋਂ ਇਕੱਠੇ ਨਹੀਂ ਹੋ ਜਾਂਦੇ ਉਹ ਨજર ਪ੍ਰਮਾਤਮਾ ਤੇਰੀ ਭਗਤੀ ਕੋਈ ਨਹੀਂ ਕਰ ਸਕਦਾ ਕਹੋਗੇ ਕਿ ਤਮ ਆਕੜੀ ਗੱਲ ਕਹਿਤੀ ਹੁਣ ਧਿਆਨ ਨਾਲ ਭਾਵਨਾ ਗੁਰੂ ਕਰ ਗਿਆ ਸ਼ਰਧਾ ਪਤਾ ਹੋਈ ਗੁਰੂ ਕਰ ਗਿਆ ਸ਼ਰਧਾ ਪਤਾ ਹੋਈ ਕਾਦੀ ਮੈਂ ਵੀ ਇਹ ਕੰਮ ਕਰਨਾ ਹੁਣ ਮੈਂ ਵੀ ਪ੍ਰਮਾਤਮਾ ਦੀ ਖੋਜ ਕਰਨੀ ਹੈ ਮੈਂ ਵੀ ਨਾਮ ਸਿਮਰਨ ਕਰਿਆ ਕਰਨਾ ਮੈਂ ਵੀ ਆਪਣੇ ਮਨ ਦੀ ਮਹਿਲਤ ਹੋਣੀ ਹੈ ਸ਼ਰਧਾ ਪਤਾ ਹੋਈ 8-9 ਘੰਟੇ ਗੁਰੂ ਕਰ ਰਿਆ ਕੀਰਤਨ ਦਰਬਾਰ ਸੁਣਿਆ ਲੰਗਰ ਦੀ ਸੇਵਾ ਕੀਤੀ ਲੰਗਰ ਵਰਤਾਇਆ ਪ੍ਰਸ਼ਾਦ ਵਰਤਾਇਆ ਝੁੱਠੇ ਪੰਡੇ ਮਨ ਜੀ ਜੋੜੇ ਝੜੇ ਸਾਰਾ ਦਿਨ ਸਰਦਾ ਮੈਂ ਇਦਾਂ ਦਾ ਬਣਨਾ ਮੈਂ ਇਦਾਂ ਦਾ ਬਣਨਾ ਸਰਦਾ ਇੱਕ ਕਦਮ ਅੱਗੇ ਚੁੱਕ ਲਿਆ ਆਪਣੇ ਜੀਵਨ ਦੇ ਵਿੱਚ ਇੱਕ ਕਦਮ ਅੱਗੇ ਰੱਖ ਲਿਆ ਵੀ ਮੈਂ ਅੱਗੇ ਵਧਣਾ ਸ਼ਾਮ ਨੂੰ ਘਰ ਆਇਆ ਘਰ ਦੇ ਹਾਲਾਤ ਵੇਖੇ ਗਰੀਬ ਘਰ ਦੇ ਹਾਲਾਤ ਵੇਖੇ ਘਰ ਚ ਗਰੀਬੀ ਹੈ ਕਿਤੇ ਘਰ ਦੇ ਨੇ ਕਹਤਾ ਕਿੱਥੇ ਜੀਂਦਾ ਨੰਦ ਮੈਂ ਅੱਜ ਗੁਰੂ ਕਰਸੀ ਸਾਰਾ ਦਿਨ ਉੱਥੇ ਕੀਰਤਨ ਦਰਬਾਰ ਸੀ ਕਹਿੰਦੇ ਵਾ ਹੂੰ ਕੀਰਤਨ ਦਰਬਾਰ ਚ ਬੈਠਾ ਤੂੰ ਤੇ ਲੰਗਰ ਛਕ ਆਇਆ ਹੋਣਾ ਉੱਥੇ ਕਹਿੰਦੇ ਹਾਂ ਤੇ ਕਾਕਾ ਕਿਤੇ ਕੋਈ ਦਿਹਾੜੀ ਲਾ ਲੈਣ ਨੂੰ ਅੱਜ ਕੋਈ ਚਾਰ ਪੈਸੇ ਆ ਜਾਂਦੇ ਆ ਤਾਂ ਉਹ ਸਾਰਾ ਦਿਨ ਇੱਕ ਕਦਮ ਅੱਗੇ ਚੁੱਕਿਆ ਸ਼ਰਦਾ ਪੈਂਦਾ ਹੋਈ ਸ਼ਾਮਾਂ ਨੂੰ ਘਰ ਦੇ ਹਾਲਾਤ ਵੇਖੇ ਤਾਂ ਉਹ ਅਗਿ ਵਿਸ਼ਵਾਸ ਡੋਲ ਗਿਆ ਵਿਸ਼ਵਾਸ ਡੋਲ ਗਿਆ ਠੀਕ ਹੈ ਜਦੋਂ ਵਿਸ਼ਵਾਸ ਡੋਲ ਗਿਆ ਸ਼ਰਦਾ ਕੀ ਹੈ ਭਰੋਸਾ ਵਿਸ਼ਵਾਸ ਹੁਣ ਇੱਕ ਕਦਮ ਅੱਗੇ ਉਠਿਆ ਸ਼ਰਦਾ ਜੇ ਜਦੋਂ ਘਰ ਦੇ ਔਲਾਦ ਦੇਖੇ ਘਰ ਆਇਆ ਤੇ ਟੁੱਟ ਗਿਆ ਤੇ ਫਿਰ ਇੱਕ ਕਦਮ ਪਿੱਛੇ ਕਿ ਉਹਦਾ ਬਦਨ ਯਾਰ ਮੈਂ ਐਵੇਂ ਲੱਗਾ ਸੀਗਾ ਅਸੀਂ ਇਹਨੇ ਜੋ ਕਿ ਕਿਥੋਂ ਪਹਿਲੇ ਰੱਬ ਲੱਭ ਲਈਏ ਅਸੀਂ ਰੱਬ ਰੱਬ ਕਰ ਲਈਏ ਸਾਰਾ ਦਿਨ ਮਨ ਚ ਸੋਚਦਾ ਰਿਹਾ ਪੀ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਸਾਰਾ ਦਿਨ ਸੁਣਦਾ ਰਿਹਾ ਤੇ ਮਨ ਚ ਵਿਸ਼ਵਾਸ ਬਣ ਗਿਆ ਸ਼ਰਧਾ ਬਣ ਗਈ ਕਿ ਚਿੰਤਾ ਕਰਨ ਦੀ ਲੋੜ ਨਹੀਂ ਆਪੇ ਘਰ ਆਇਆ ਘਰ ਦੇ ਹਾਲat ਵੇਖ ਕੇ ਚਿੰਤਾ ਫੇਰ ਕਰਨ ਲੱਗ ਪਿਆ ਹੁਣ ਕੱਲ ਗੁਰਦੁਆਰੇ ਨਹੀਂ ਗਿਆ ਕੰਮ ਕਰ ਕਰਦਾ ਰਿਹਾ ਦੂਜੇ ਦਿਨ ਫੇਰ ਮਨ ਦੇ ਚਾਚਦੇ ਵੀ ਨਹੀਂ ਚੱਲਦੇ ਫੇਰ ਚਲੇ ਗਿਆ ਚੱਲ ਕਹਿੰਦਾ ਜਿਆਦਾ ਟਾਈਮ ਨਹੀਂ ਲਾਵਾਂਗੇ ਅੱਧਾ ਪੌਣਾ ਘੰਟਾ ਘੰਟਾ ਸੇਵਾ ਕਰ ਆਵਾਂਗੇ ਕਣਾ 2 ਘੰਟਾ 2 ਘੰਟੇ ਗਿਆ ਸੇਵਾ ਕੀਤੀ ਮਨ ਫਿਰ ਬਣ ਗਿਆ ਛਰਦਾ ਫਿਰ ਬਣ ਗਈ ਫਿਰ ਉੱਥੋਂ ਤੁਰਿਆ ਘਰ ਆਇਆ ਛਰਦਾ ਫਿਰ ਡੋਲ ਗਈ ਵਿਸ਼ਵਾਸ ਵਿੱਚ ਡੋੜ ਗਿਆ ਡੋਲਣ ਦੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਠੀਕ ਹੈ ਛਰਦਾ ਡੋਲ ਗਈ ਹੁਣ ਇੱਕ ਕਦਮ ਅੱਗੇ ਰੱਖਦਾ ਇੱਕ ਕਦਮ ਪਿੱਛੇ ਰੱਖਦਾ ਜ਼ਿੰਦਗੀ ਬਤੀਤ ਹੋ ਗਈ 50 ਸਾਲ ਹੋ ਗਏ ਕਹਿੰਦਾ ਮੈਨੂੰ ਗੁਰੂ ਘਰਾਂ ਨਾਲ ਜੁੜਿਆ ਨੂੰ ਪਰ ਹੈ ਉੱਥੇ ਦਾ ਉੱਥੇ ਹੀ ਕਿਹੜੀ ਗੱਲੋਂ ਵੀ ਇੱਕ ਕਦਮ ਮੈਂ ਕਿ ਕੇ ਚੁੱਕਦਾ ਸ਼ਾਮਨ ਘਰ ਆ ਕੇ ਇੱਕ ਕਦਮ ਪਿੱਛੇ ਲਖ ਲੈਂਦਾ ਉੱਥੇ ਕਹਿੰਦਾ ਜੋ ਕੁਝ ਕਰਨਾ ਤੂੰ ਇਹ ਕੰਨਾ ਘਰ ਆ ਕੇ ਕਹਿੰਦਾ ਨਹੀਂ ਤੂੰ ਕੀ ਕਰਨਾ ਛੇਦਾਂ ਮੈਂ ਗੁਰੂ ਘਰ ਗਿਆ ਦਿੱਤਾ ਕੀ ਇਹਦਾ ਮਤਲਬ ਕਿ ਅਸੀਂ ਗੁਰੂ ਘਰ ਜਾਂਦੇ ਹਾਂ ਸ਼ਰਧਾ ਲੈ ਕੇ ਤੇ ਅਸੀਂ ਪਤਾ ਹੀ ਕਹਿੰਦੇ ਆ ਪੀ ਹੁਣ ਜਿਸ ਢੰਗ ਨਾਲ ਮੈਂ ਸੋਚਿਆ ਉਸ ਢੰਗ ਨਾਲ ਹੀ ਹੋਣ ਲੱਗ ਪਵੇ ਘਾਰਾ ਕੇ ਡੋਲ ਜਾਨੇ ਐ ਇਸ ਬਿੱਤੀ ਚ ਪਹੁੰਚਦੇ ਨਹੀਂ ਐ ਜਿਉਂ ਜਿਉਂ ਤੇਰਾ ਹੁਕਮ ਤੇ ਫੇ ਤੂੰ ਹੋਵਨਾ ਇਹ ਸਿਰਫ ਗੁਰੂ ਘਰ ਹੀ ਐ ਘਾਰਾ ਆਏ ਤੇ ਡੋਲ ਗਏ ਕਹਿੰਦਾ ਨਹੀਂ ਆਹ ਕੰਮ ਹੋ ਸਕਦਾ ਸੀ ਹੋਇਆ ਨਹੀਂ ਸਿਰਦਾ ਡੋਲ ਵੀ ਉੱਥੇ ਦਾ ਉੱਥੇ ਖੜਾ ਰਿਹਾ ਜਿਹੜੇ ਦੋ ਕਦਮ ਅੱਗੇ ਚੁੱਕੇ ਸੀ ਸ਼ਮਨ ਦੋ ਕਦਮ ਪਿੱਛੇ ਰਕਲੇ ਬਰਾਬਰ ਹੋ ਗਿਆ ਆਫਰ ਗੁਰੂ ਸਾਪਨ ਕਹਿੰਦੇ ਕਹਿੰਦੇ ਵੀ ਜਦੋਂ ਮੈਨੂੰ ਗੁਰੂ ਦੇ ਸ਼ਬਦ ਦੀ ਝੋਟ ਲੱਗੀ ਨਾ ਗੁਰੂ ਦੇ ਬਚਨਾਂ ਦੀ ਝੋਟ ਲੱਗੀ ਨਾ ਕਹਿੰਦੇ ਐਸੀ ਝੋਟ ਲੱਗੀ ਕਿ ਮੈਂ ਤੁਹਾਨੂੰ ਕੀ ਦੱਸਾਂ ਕੀ ਦੱਸੂ ਗੁਰੂ ਸਾਪਨ ਦੱਸੋ ਤੁਸੂ ਕਾ ਲੱਗੀ ਆਹ ਫਰਕ ਪਿਆ ਮੇਰੇ ਤੇ ਕੀ ਫਰਕ ਪਿਆ ਦੇਖੋ ਕਹਿੰਦੇ ਗੁਰੂ ਦੇ ਬਚਨਾਂ ਦਾ ਤੀਰ ਲੱਗਾ ਝੋਟ ਲੱਗੀ ਤੇ ਕੀ ਫਰਕ ਪਿਆ ਅੰਤਰ ਪਿਆਸ ਉੱਠੀ ਪ੍ਰਭ ਗੇਰੀ ਆਦੇ ਚੋੜ ਕਹਿੰਦਾ ਗੁਰੂ ਦੇ ਬਚਨ ਸੁਣ ਕੇ ਮੇਰੇ ਅੰਦਰ ਪਿਆਸ ਪੈਦਾ ਹੋ ਗਈ ਤੰਗ ਪੈਦਾ ਹੋ ਗਈ ਕਾਦੀ ਪ੍ਰਭ ਕੇ ਦੀ ਪਰਮਾਤਮਾ ਨੂੰ ਮਿਲਣ ਵਾਸਤੇ ਤੰਗ ਪੈਦਾ ਹੋ ਗਈ ਲਾਉਸ ਆ ਸਾਨੂੰ ਕਿੰਨਾ ਚਿਰ ਹੋ ਗਿਆ ਗੁਰਬਾਣੀ ਸੁਣਦਿਆਂ ਸਾਨੂੰ ਕਿੰਨਾ ਚਿਰ ਹੋ ਗਿਆ ਕਥਾ ਸੁਣਦਿਆਂ ਕੀਰਤਨ ਸੁਣਦਿਆਂ ਕਿ ਸਾਡੇ ਮਨ ਵਿੱਚ ਕਦੀ ਇਹ ਪਿਆਸ ਪੈਦਾ ਹੋਈ ਵੀ ਪਰਮਾਤਮਾ ਨੂੰ ਮਿਲਣ ਸਾਡੇ ਮਨ ਵਿੱਚ ਕਦੀ ਖਿੱਚ ਪੈਦਾ ਹੋਈ ਕਿਹੜੀ ਗੱਲੋਂ ਨਹੀਂ ਹੋਈ ਇਹ ਇਸ ਕਰਕੇ ਨਹੀਂ ਹੋਈ ਕਿਉਂਕਿ ਅਸੀਂ ਗੁਰੂ ਘਰ ਜਾਣਦੇ ਆ ਪਰ ਸਾਨੂੰ ਅਜੇ ਗੁਰੂ ਦੇ ਬੋਲਾਂ ਨੇ ਤੀਰ ਦੀ ਨਿਆਈਂ ਵਿੰਨਿਆ ਨਹੀਂ ਹੈ ਵਿੰਨਿਆ ਨਹੀਂ ਆ ਦੇ ਆਪਜੀ ਧਿਆਨ ਦੇ ਨਾ ਭਗਤ ਕਬੀਰ ਸਾਹਿਬ ਬਣ ਕੇ ਕਹਿੰਦੇ ਭਗਤ ਕਬੀਰ ਸਾਹਿਬ ਉਹਨਾਂ ਪਤਾ ਕੀ ਕਹਿੰਦੇ ਕਹਿੰਦੇ ਕਬੀਰ ਸਤਗੁਰ ਸੂਰਮੇ ਬਹਾ ਬਾਨ ਜੋ ਏਕ ਕਬੀਰ ਸਤਗੁਰ ਸੂਰਮੇ ਬਹਾ ਬਾਨ ਜੋ ਏਕ ਲਗਤ ਹੀ ਪੋਏ ਗਿਰ ਪਰਿਆ ਪਰ ਕਰੇ ਜੇ ਛੇਕ ਦੋਸਤ ਕਹਿੰਦੇ ਕਬੀਰ ਸਤਗੁਰ ਸੂਰਮੇ ਹੁਣ ਤੇ ਆਂਦੇ ਨਾ ਸਤਗੁਰ ਫਿਰ ਸੂਰਮੇ ਖੜਾ ਆ ਆਮ ਲੋਕਾਂ ਨੂੰ ਆਪਾਂ ਕਹਿ ਦੇਣਾ ਜਿਹੜਾ ਗੁਰੂ ਹ ਤੇ ਸੂਰਮਾ ਹੁੰਦਾ ਸੂਰਮਾ ਅਖਰ ਕਦ ਲਈ ਵਰਤਿਆ ਗੁਰੂ ਸਾਹਿਬਾਨ ਨੇ ਕਬੀਰ ਸਾਹਿਬਾਨ ਨੇ ਕਹਿੰਦੇ ਸਤਗੁਰ ਸੂਰਮੇ ਸੂਰਮਾ ਕਿਹਨੂੰ ਕਹਿੰਦਾ ਜਿਹੜਾ ਕਿਸੇ ਲੜਾਈ ਨੂੰ ਜਿੱਤ ਚੁੱਕਾ ਅਜੇ ਚੱਲਿਆ ਲੜਾਈ 'ਚ ਉਹਨੂੰ ਸੂਰਮਾ ਨਹੀਂ ਕਹਿੰਦਾ ਉਹ ਸੂਰਮਾ ਬਣਨ ਚੱਲਿਆ ਉਹ ਸੂਰਮਾ ਸੂਰਮਾ ਕਹੋ ਨਾ ਜਿਹੜਾ ਲੜਾਈ ਜਿੱਤ ਚੁੱਕਾ ਹੈ ਜਿੱਤ ਹਾਸਲ ਕਰ ਚੁੱਕਾ ਹੈ ਹੁਣ ਕਿਵੇਂ ਕੋਈ ਇਨਸਾਨ ਆਰਮੀ 'ਚ ਵਰਤੀ ਹੁੰਦਾ ਹੈ ਜਦੋਂ ਉਹ ਫੌਜੀ ਲੜਾਈ ਲੜਦਾ ਤੇ ਲੜਕੇ ਜਦੋਂ ਵਾਪਸ ਆਉਂਦਾ ਨਾ ਤੇ ਥਾਪੀਆਂ ਦਿੰਦੇ ਮੇਰਾ ਪੁੱਤ ਸੂਰਮਾ ਠੀਕ ਹੈ ਕਿਈ ਨਹੀਂ ਕੋਈ ਸ਼ਹੀਦ ਹੋ ਜਾਂਦੇ ਉੱਥੇ ਤਾਂ ਆਪਾਂ ਨੂੰ ਸੂਰਮੇ ਕਹਿੰਦੇ ਹੁਣ ਵਿਚਾਰ ਕਰਨਾ ਇੱਥੇ ਕਹਿੰਦੇ ਕਬੀਰ ਸਤਗੁਰੂ ਸੂਰਮੇ ਕਬੀਰ ਜੀ ਕਹਿੰਦੇ ਮੈਂ ਉਹ ਸਤਗੁਰ ਦੀ ਗੱਲ ਕਰਦਾ ਪਿਆ ਜਿਸ ਲੜਾਈ ਨੂੰ ਮੈਂ ਲੜਨਾ ਔਰ ਉਹ ਉਸ ਲੜਾਈ ਨੂੰ ਜਿੱਤ ਚੁੱਕਾ ਕਿੰਦੇਮ ਸਤਗੁਰ ਸੂਰਮੇ ਦਾ ਭਾਵ ਕੀ ਆ ਕਹਿੰਦੇ ਮੈਂ ਉਹ ਸਤਗੁਰ ਦੀ ਗੱਲ ਕਰਦਾ ਪਿਆ ਜਿਹੜਾ ਸਤਗੁਰ ਇਸ ਸੰਸਾਰ ਦੀ ਲੜਾਈ ਨੂੰ ਜਿੱਤ ਕੇ ਨਰਿੰਕਾਰ ਦਾ ਰੂਪ ਹੋ ਚੁੱਕਾ ਹੈ ਉਹ ਸੂਰਮਾ ਕਹਿੰਦੇ ਕਬੀਰ ਸਤਗੁਰ ਸੂਰਮੇ ਬਿਆ ਬਾਣ ਜੋ ਇੱਕ ਕਹਿੰਦੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਕਹਿੰਦੇ ਕਿਵੇਂ ਕਹਿੰਦੇ ਜਿਹੜਾ ਲੜਾਈ ਜਿੱਤ ਚੁੱਕਾ ਨਾ ਜਿਹੜਾ ਸੂਰਮਾ ਹੁੰਦਾ ਨਾ ਉਹਦਾ ਨਿਸ਼ਾਨਾ ਬੜਾ ਵਧੀਆ ਹੁੰਦਾ ਹੈ ਉਹਦੇ ਇੱਕ ਗੋਲੀ ਮਾਰਦਾ ਇੱਕ ਬੰਦਾ ਮਾਰ ਦਿੰਦਾ। ਕਹਿੰਦੇ ਜਿਹੜਾ ਲੜਾਈ ਇਹ ਜਿੱਤ ਚੁੱਕਾ ਹੈ ਸਤਿਗੁਰ ਜਿਹੜਾ ਹੈ। ਕਹਿੰਦੇ ਐਵੇਂ ਅਸੀਂ ਲੋਕ ਭੁਲੇਖੇ ਚ ਪਏ ਕਹਿੰਦਾ ਇੱਕ ਸ਼ਬਦ ਵੀ ਕਿਤੇ ਉਹਦਾ ਸਮਝ ਲੱਗ ਜਾਏ ਨਾ। ਕਿਹੜਾ ਮਾਨਿਆ ਮਰਦ ਹੁੰਦਾ ਹੈ। ਚੰਦਨ। ਹਰ ਇੱਕ ਚੀਜ਼ ਤੇ ਵਿਚਾਰ ਦੇਣਾ। ਜਿੰਨੇ ਚਿਰ ਆਪਾਂ ਵਿਚਾਰ ਨਹੀਂ ਕਰਾਂਗੇ ਨਾ ਗੱਲ ਨਹੀਂ ਬਣਨੀ। ਉਹ ਸਭ ਨੇ ਇੱਕ ਜਗ੍ਹਾ ਲਿਖਿਆ ਕਿਨਕਾ ਏਕ ਜਿਸ ਜੀਵ ਬਸਾਵੇ ਤਾਂਕੀ ਮਹਿਮ ਗਣੀ ਨਾ ਆਵੇ ਕਹਿੰਦੇ ਕਿਨਕਾ ਏਕ ਹੁਣ ਵਿਚਾਰ ਕਰਿਓ ਜ਼ਰਾ ਹੁਣ ਫੌਜੀ ਸੀਗਾ ਤੇ ਉਹਨੂੰ ਪੁੱਛਿਆ ਭਾਈ ਸਾਹਿਬ ਕਿੰਨੇ ਬੰਦੇ ਮਾਰੇ ਅੱਜ ਧੋ ਗੋ ਪਤਾ ਕੀ ਕਹਿੰਦਾ ਕਹਿੰਦਾ ਇਹ ਦੇਖੋ ਮੇਰੇ ਕੋਲ ਮਾਰਨ ਦੀ ਤਾਕਤ ਹੈਗੀ ਹੈ ਮੇਰੇ ਕੋਲ ਮਾਰਨ ਦੀ ਸੋਝੀ ਹੈਗੀ ਹੈ ਮੇਰੇ ਕੋਲ ਅਮਨੀਸ਼ਨ ਹੈਗਾ ਸਭ ਕੁਝ ਹੈਗਾ ਬੰਦੂਕ ਹੈਗੀ ਹੈ ਤੇ ਕਹਿੰਦੇ ਫੇ ਮਾਰਿਆ ਨਹੀਂ ਕਿਸੇ ਨੂੰ ਤੇ ਕੀ ਜਵਾਬ ਦਿੰਦਾ ਕਹਿੰਦਾ ਆਇਆ ਕੋਈ ਨਹੀਂ ਆਇਆ ਕੋਈ ਹੁਣ ਅੱਗੇ ਕੋਈ ਆਵੇ ਤੇ ਮੈਂ ਮਾਰਾਂ ਤੇ ਗਬੀਰ ਸਾਹਿਬਾਨ ਕਹਿੰਦੇ ਕਹਿੰਦੇ ਵੀ ਗੁਰੂ ਸਾਹਿਬਾਨ ਕਹਿੰਦੇ ਆ ਵੀ ਮੈਂ ਕਿਸੇ ਦੇ ਮਨ ਨੂੰ ਮਾਰ ਸਕਦਾ ਹਾਂ ਪਰ ਕਿਸੇ ਦਾ ਮਨ ਮੇਰੀ ਰੇਂਜ ਚ ਆਵੇ ਤੇ ਮੈਂ ਮਾਰਾਂ ਮੇਰੀ ਰੇਂਜ ਇਤਨੀ ਹੁੰਦੇ ਗੁਰਸੱਭਾ ਤੁਹਾਡੀ ਰੇਂਜ ਕਿਉਂ ਨਹੀਂ ਆਉਂਦੇ ਤੁਸੀਂ ਰੇਂਜ ਤੋਂ ਬਾਹਰ ਹੋ ਕੇ ਮਾਰਦੇ ਹੋ ਕਹਿੰਦੇ ਮੈਂ ਮਾਰਨ ਨੂੰ ਤਿਆਰ ਹਾਂ ਪਰ ਮੇਰੀ ਰੇਂਜ 'ਚ ਸਾਹਮਣੇ ਆਵੇ ਤੇ ਮੈਂ ਮਾਰਾਂ ਕਬੀਰ ਸਾਹਿਬ ਨੇ ਬੜੀ ਪਿਆਰ ਨਾਲ ਪੰਕਤੀ ਲਿਖੀ ਹੈ ਕਬੀਰ ਸੱਚਾ ਸਤਗੁਰੂ ਕੀ ਕਰੇ ਜਾਂ ਸਿੱਖਾਂ ਮੈ ਜੂਗਾ ਅੰਦੇ ਇੱਕ ਲਾਗੀ ਜਿਵੇਂ ਬਾਸ ਬਜਾਈਏ ਫੂਕ ਉਹ ਕਹਿਣ ਲੱਗੇ ਕਬੀਰ ਸੱਭਣ ਕਹਿੰਦੇ ਗੁਰੂ ਸੱਭਣ ਕਹਿੰਦੇ ਸੱਚਾ ਸਤਗੁਰੂ ਕੀ ਕਰਨ ਲਵੇ ਜੋ ਸਿੱਖਿਆ ਲੈਣ ਵਾਲੇ ਅੰਦਰ ਊਂਤਈ ਹੈ ਇਦਾਂ ਮਲ ਦੁਸ਼ਮਣ ਸਾਹਮਣੇ ਨਹੀਂ ਆ ਰਿਹਾ ਤੇ ਸੂਰਮਾ ਕੀ ਕਰੇ ਕਿੰਨੂ ਮਾਰੇ ਤੇ ਗੁਰੂ ਸਾਹਿਬ ਨੇ ਕਹਿੰਦੇ ਤੁਹਾਡੀ ਮਨਮਤ ਇਦਾਂ ਦੀ ਹੈ ਵੀ ਰੋਜ਼ ਗੁਰੂ ਘਰ ਜਾਂਦੇ ਹੋ ਰੋਜ਼ ਬਾਣੀ ਪੜ੍ਹਦੇ ਹੋ ਰੋਜ਼ ਸੇਵਾ ਕਰਦੇ ਹੋ ਪਰ ਤੁਹਾਡੀ ਮਤ ਮੇਰੀ ਦੇ ਵਿੱਚ ਨਹੀਂ ਆ ਰਹੀ ਮੇਰੀ ਦੇ ਵਿੱਚ ਨਹੀਂ ਆ ਰਹੀ ਕਿਵੇਂ ਨਹੀਂ ਦੇ ਚਾਰੀ ਵੀ ਅਸੀਂ ਗੁਰੂ ਘਰ ਬੈਠੇ ਵੀ ਸਾਡਾ ਮਨ ਜਿਹੜਾ ਨਾ ਅਸੀਂ ਕਥਾ ਸੁਣਦੇ ਆ ਅਸੀਂ ਗੁਰਬਾਣੀ ਦਾ ਕੀਰਤਨ ਸੁਣਦੇ ਪਏ ਆ ਪਾਠ ਸੁਣਦੇ ਪਏ ਆ ਸੇਵਾ ਕਰਦੇ ਪਏ ਆ ਔਰ ਸਾਡੇ ਮਨਵਿਤੀ ਦੀਆਂ ਉਡਾਰੀਆਂ ਸੰਸਾਰ ਚ ਹੀ ਫਿਰੰਡੀਆਂ ਉੱਥੇ ਤੇ ਸੀ ਹੈ ਗਈ ਨਹੀਂ ਇਹ ਰੇਂਜ ਚ ਵਿੱਚ ਤਾਂ ਹੀ ਆਵਾਂਗੇ ਉੱਥੇ ਹੋਵਾਂਗੇ ਤੇ ਰੇਂਜ ਤੇ ਹੀ ਤੇ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ ਕਹਿਣ ਲੱਗੇ ਭਈ ਧਿਆਨ ਕਰ ਕਬੀਰ ਸਤਗੁਰ ਸੂਰਮੇ ਬਾਹਾਂ ਬਾਣ ਜੋ ਏਕ ਕਹਿੰਦੇ ਇੱਕ ਤੀਰ ਮਾਰਿਆ ਇੱਕ ਤੀਰ ਜਿਹੜਾ ਕਿਨਕਾ ਏਕ ਜਿਸ ਜੀਵਸਾਵੇ ਕਹਿੰਦਾ ਇੱਕ ਕਿਨਕਾ ਕਿਤੇ ਸਾਡੇ ਹੱਡੇ ਚ ਵਸ ਜਾਣਾ ਇੱਕ ਕਿਨਕਾ ਇਹ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਇਹਦਾ ਮਤਲਬ ਇੱਕ ਤੀਰ ਇੱਕ ਗੋਲੀ ਸਾਨੂੰ ਮਾਰ ਸਕਦੀ ਹੈ ਪਰ ਬਿਸ਼ਰਤ ਅਸੀਂ ਉਹਦੀ ਰੇਂਜ ਚ ਨਹੀਂ ਆਉਂਦੇ ਸਾਡੀ ਮੱਤ ਰੇਂਜ ਚ ਨਹੀਂ ਆਉਂਦੀ ਠੀਕ ਹੈ ਆਪ ਜੀ ਪਾਣੀ ਚ ਪੜ ਲਓ ਠੀਕ ਹੈ ਗੁਰਮਤਿ ਛੋੜ ਦੇ ਹੋ ਜਣੀ ਜਾਈ ਮਨਮੁਖ RAM ਨਾ ਜਪੇ ਆ ਭਾਈ ਦੱਸੋ ਕਹਿੰਦਾ ਜਿਹੜਾ ਪੁਰਾਣੀ ਗੁਰਮਤ ਛੱਡ ਦਿੰਦਾ ਗੁਰਮਤ ਹਸਲ ਨਹੀਂ ਕਰਦਾ ਉਹ ਉਜੜਨਾ ਪੱਕਾ ਹੈ ਇਹਦਾ ਮਤ ਜਿਹੜਾ ਗੁਰੂ ਦੀ ਮੱਤ ਨਹੀਂ ਲੈਂਦਾ ਉਹ ਗੁਰੂ ਦੀ ਰੇਹ ਚ ਨਹੀਂ ਹੈ ਉਹ ਬਾਹਰ ਤੇ ਵੈਰਤ ਹੋ ਜਾਉਂ ਕਹਿੰਦਾ ਭਾਵ ਕਿ ਗੁਰੂ ਦੇ ਸ਼ਬਦ ਦਾ ਅਸਰ ਕਿੱਥੋਂ ਹੋ ਜਾਉ ਤੇ ਕਬੀਰ ਸਾਹਿਬਣ ਗੱਜ ਕੇ ਕਹਿੰਦੇ ਕਬੀਰ ਸਤਗੁਰੂ ਸੂਰਮੇ ਬਾਆ ਬਾਨ ਜੋ ਏਕ ਲੱਗਤੀ ਭੋਇਂ ਗਿਰ ਪਰਿਆ ਪਰ ਅਕਰਜ ਸੀ ਕਬੀਰ ਜੀ ਕਹਿੰਦੇ ਕਹਿੰਦੇ ਵੀ ਸਤਿਗੁਰੂ ਸੂਰਮੇ ਨੇ ਇੱਕ ਤੀਰ ਮਾਰਿਆ ਇੱਕ ਬਚਨ ਮੈਨੂੰ ਸੁਣਾਇਆ ਤੋਇਆ ਕੀ ਤੇ ਕਹਿ ਲਗੇ ਲਗਤ ਹੀ ਭਉਂ ਗਿਰ ਪਰਿਆ ਕਹਿੰਦੇ ਉਹ ਬਚਨ ਜਿੱਦਾਂ ਹੀ ਮੇਰੇ ਮਨ ਦੇ ਵਿੱਚ ਕਹਿੰਦਾ ਆ ਪਾ ਮੈਨੂੰ ਸਮਝ ਲੱਗੀ ਉਸ ਬਚਨ ਦੀ ਕਿਨੂੰ ਕਹਿੰਦਾ ਲਗਤ ਹੀ ਭਉਂ ਗਿਰ ਪਰਿਆ ਕਹਿੰਦੇ ਮੈਨੂੰ ਬਚਨ ਦੀ ਸਮਝ ਲੱਗੀ ਜਿਹੜਾ ਮੇਰਾ ਮਨ ਸੀ ਮੇਰਾ ਹੰਕਾਰ ਸਿਰ ਤੇ ਚੜਿਆ ਸੀ ਕਹਿੰਦਾ ਮਿੱਟੀ 'ਚ ਮਿਲ ਗਿਆ ਲਗਤ ਹੀ ਭਉਂ ਗਿਰ ਪਰਿਆ ਸਰੀਰ ਨਹੀਂ ਹੰਕਾਰ ਇਹਦਾ ਸਿਰ ਚੜਿਆ ਸੀ ਨਾ ਕਹਿੰਦਾ ਗੁਰੂ ਦੇ ਸ਼ਬਦ ਦੀ ਇੱਕ ਸਮਝ ਲੱਗੀ ਇੱਕ ਸ਼ਬਦ ਦੀ ਸਮਝ ਲੱਗੀ ਲੱਗਦਿਆਂ ਹੀ ਮੇਰਾ ਹੰਕਾਰ ਮਿੱਟੀ ਚ ਮਿਲ ਗਿਆ ਉਹ ਇਹ ਗਿਰ ਪਿਆ ਪਰ ਕਰੇ ਤੇ ਛੇਕ ਕਹਿੰਦਾ ਮੇਰੇ ਕਰੇ ਤੇ ਛੇਕ ਪੈ ਗਿਆ ਕਹਿੰਦਾ ਭਾਵੇਂ ਮੇਰੀ ਉਹ ਮਨਵਿਤੀ ਹੰਕਾਰੀ ਹੋਈ ਛੰਨੀ ਛੰਨੀ ਹੋ ਗਈ ਹੁਣ ਉੱਠਣ ਜੋਗੀ ਨਹੀਂ ਹੈ ਹੁਣ ਉਹ ਹੰਕਾਰ ਕਰਕੇ ਮੈਂ ਉਠਣ ਜੋਗਾ ਨਹੀਂ ਰਿਹਾ ਮੈਂ ਮਿੱਟੀ 'ਚ ਮਿਲ ਗਿਆ। ਲਾਓ ਸਾਹਿਬ ਅਸੀਂ ਗੁਰ ਕੀਤੀ। ਤੁਨ ਲੋੜ ਬਈ, ਉਡੀ ਨਹੀਂ ਬਈ। ਉਹਨਾਂ ਤੰਗਿਆ। ਕਹਿੰਦੇ ਅੰਤਰ ਪਿਆਸ ਉੱਠੀ ਪ੍ਰਭ ਕੀ ਦੀ। ਕਹਿੰਦੇ ਮੇਰੇ ਅੰਦਰੋਂ ਨਾ ਉਸ ਪਰਮਾਤਮਾ ਦੇ ਮਲਾਪ ਦੀ ਤੰਗ ਬਦੋਗੀ। ਕਦੋਂ? ਸੁਣ ਗੁਰਬਚਨ। ਕਹਿੰਦਾ ਮੈਂ ਗੁਰੂ ਦਾ ਬਚਨ ਕੰਦਾ ਸੁਣਿਆ। ਮਨ ਤੀਰ ਲਗਈਆ। ਕਹਿੰਦੇ ਮਨ ਦੇ ਵਿੱਚ ਤੀਰ ਦੀ ਨਿਆਈ ਵਜਾ। ਫਿਰ ਕੀ ਹੋਇਆ ਤੇ ਗੁਰੂ ਨਾਮਦਾਸ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਮਨ ਕੀ ਬਿਰਥਾ ਮਨ ਹੀ ਜਾਣੇ ਦੱਸੋ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕਹੇ ਜਾਣੇ ਕੋ ਪੀਰ ਬਰੇਆ ਕਹਿੰਦੇ ਮਨ ਕੀ ਬਿਰਥਾ ਕਹਿੰਦੇ ਹੁਣ ਮੇਰੇ ਮਨ ਦੀ ਜਿਹੜੀ ਅਵਸਥਾ ਨਾ ਗੁਰੂ ਨਾਮਦਾਸ ਮਹਾਰਾਜ ਜੀ ਕਹਿੰਦੇ ਮਨ ਹੀ ਜਾਣੇ ਕਹਿੰਦੇ ਮੇਰਾ ਮਨ ਹੀ ਜਾਣਦਾ ਹੈ ਔਰ ਕਿ ਜਾਣੇ ਕਹਿੰਦਾ ਔਰ ਕੀ ਜਾਣੇ ਕੋਈ ਪੀਰ ਪ੍ਰਈਆ ਕਹਿੰਦਾ ਪ੍ਰਾਈ ਪੀੜ ਕਿ ਨੂੰ ਪਤਾ ਲੱਗਦਾ ਕਹਿੰਦਾ ਮਤਲਬ ਗੁਰੂ ਨਾਮਦਾਸ ਮਹਾਰਾਜ ਜੀ ਕਹਿਣਾ ਚਾਹੁੰਦੇ ਆ ਕਿ ਉਸ ਗੁਰੂ ਸ਼ਬਦ ਦੀ ਸੋਝੀ ਤੋਂ ਬਾਅਦ ਜਿਹੜਾ ਮੇਰੇ ਅੰਦਰ ਵਿਛੋੜੇ ਦਾ ਉਸ ਪਰਮਾਤਮਾ ਦੇ ਬਿਰਹਾ ਦਾ ਦੁੱਖ ਪੈਦਾ ਹੋਇਆ ਪੀੜਾ ਪੈਦਾ ਹੋਈ ਜਾਂ ਦਰਦ ਪੈਦਾ ਹੋਈ ਜਾਂ ਕਹਿੰਦੇ ਸਿਰਫ ਮੈਂ ਜਾਣਦਾ ਮੈਂ ਬਿਆਨ ਨਹੀਂ ਕਰ ਸਕਦਾ ਤੋ ਪੀੜ ਕਿੰਨੀ ਹੈ ਮਨਾਉ ਤੇ ਆਂਦੀ ਏ ਭਾਈ ਗੁਰਦਾਸ ਜੀ ਜਿਨ੍ਹਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਭਾਈ ਗੁਰਦਾਸ ਜੀ ਨਾ ਬੜੇ ਪਿਆਰ ਨਾਲ ਦੱਸਣ ਲੱਗੇ ਕਹਿੰਦੇ ਆਓ ਵਿਚਾਰ ਕਰੀਏ ਜਿਵੇਂ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਵੀ ਅੰਦਰ ਦੀ ਜਿਹੜੀ ਪੀੜ ਆ ਇਹ ਮੈਂ بیان ਨਹੀਂ ਕਰ ਸਕਦਾ ਕਹਿੰਦੇ ਕਿੰਨੀ ਕੁ ਹੋਊਗੀ ਬੜਾ ਕਿੰਨੀ ਕੁ ਪੀੜ ਹੋ ਸਕਦੀ ਹੈ ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਕਹਿੰਦੇ ਅਗਨ ਜਰਤ ਜਲ ਬੂਟਤ ਸਰਪ ਗਰਸੇ ਸ਼ਸਤਰ ਅਨੇਕ ਰੋਮ ਰੋਮ ਕਰ ਕਾਤ ਹੈ ਸੁਣਿਆ ਦੇਣ ਅਗਨ ਜਰਤ ਕਹਿੰਦੇ ਕੋਈ ਪੁਰਾਣੀ ਅੱਗ ਚ ਜਲਦਾ ਹੋਵੇ ਤੇ ਉਹਨੂੰ ਹੀ ਪਤਾ ਵੀ ਉਸ ਅੱਗ ਚ ਸੜਨ ਲੱਗਾ ਸਰੀਰ ਨੂੰ ਦਰਦ ਕਿੰਨੀ ਕੋਣ ਰਹੀ ਹੈ ਕਿਸੇ ਨੂੰ ਨਹੀਂ ਪਤਾ ਜਿਹੜਾ ਸੜਦਾ ਉਸੇ ਨੂੰ ਪਤਾ ਅਗਨ ਜਰਤ ਜਲ ਗੁੱਡਤ ਕਹਿੰਦਾ ਕੋਈ ਪੁਰਾਣੀ ਪਾਣੀ ਚ ਡੁੱਬਣ ਲਿਆ ਹੋਵੇ ਤੇ ਉਸ ਸਮੇਂ ਤੇ ਦਿਲ ਤੇ ਕੀ ਬੀਤਦੀ ਹੈ ਉਹੀ ਜਾਣਦਾ ਕੰਨ ਦੂਜੇ ਨੂੰ ਨਹੀਂ ਪਤਾ ਕਹਿੰਦਾ ਅੱਗ ਚ ਜਲਣ ਵਾਲੇ ਦੀ ਪੀੜ ਲੈ ਲਓ ਪਾਣੀ ਚ ਡੁੱਬਣ ਵਾਲੇ ਦੀ ਪੀੜ ਲੈ ਲਓ ਸਰਪ ਗ੍ਰਸੇ ਕਹਿੰਦਾ ਜਿਹਨੂੰ ਸੱਪ ਡੰਗ ਦੇਵੇ ਤੇ ਜਦੋਂ ਸੱਪ ਦਾ ਜ਼ਹਿਰ ਚੜਦਾ ਨਾ ਉਸ ਨੂੰ ਇਹ ਦਰਦ ਕਿੰਨੀ ਹੁੰਦੀ ਹੈ ਕਹਿੰਦੇ ਉਹਦੀ ਦਰਦ ਇਕੱਠੀ ਕਰ ਲੋ ਉਹਨੂੰ ਪੁੱਛ ਲੋ ਦਰਦ ਕਿੰਨੇ ਗਿਆ ਉਹ ਦਰਦ ਲੈ ਲੋ ਕਹਿੰਦਾ ਫਿਰ ਕਹਿੰਦੇ ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ ਕਹਿੰਦੇ ਅਨੇਕਾ ਸ਼ਸਤਰ ਕਿਸੇ ਦੇ ਸਹੀ ਤੇ ਚਲਾ ਦਈਏ ਉਹਦੇ ਰੋਮ ਰੋਮ ਚੋਂ ਖੂਨ ਵਗਣ ਰਿਹਾ ਹੋਵੇ ਕਹਿੰਦੇ ਉਹਦੀ ਪੀੜਾ ਉਹਨੂੰ ਪੁੱਛੋ ਕਿੰਨੀ ਗਿਆ ਕਹਿੰਦਾ ਕਿੰਨੀ ਦਰਦੂ ਭਲਾਂ ਲਾਓ ਸਾਹ ਜੇ ਕਹੇਦੇ ਰੋਮ ਰੋਮ ਚੋਂ ਖੂਨ ਵਗਣ ਲਿਆ ਹੋਏ ਇਨਕ ਤੀਰ ਲੱਗੇ ਹੋਣੀਆਂ ਨਹੀਂ ਗੋਲੀਆਂ ਲੱਗੀਆਂ ਹੋਣ ਔਰ ਉਹਨੂੰ ਕਿੰਨੀ ਕਿ ਦਰਦ ਹੁੰਦੀ ਹੋਊਗੀ ਕਹਿੰਦੇ ਤੇ ਉਹੀ ਜਾਣਦਾ ਕੋਈ ਬੰਦਾ ਨਹੀਂ ਜਾਣਦਾ ਕਹਿੰਦੇ ਵਾ ਕਹਿੰਦੇ ਫਿਰ ਕਹਿੰਦੇ ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ ਗ੍ਰੀਖਮ ਔ ਸਤ ਬਰਖਮਾ ਮਿਸ ਪ੍ਰਾਤ ਹੈ ਸੁਣੇ ਉਹਦਾ ਕੀ ਕਹਿ ਲਗੇ ਕਹਿੰਦੇ ਮਿਰਥਾ ਅਨੇਕ ਮਿਰਥਾ ਕੀ ਲੋੜਾਂ ਕਹਿੰਦਾ ਲੋੜਾਂ ਅਨੇਕਾ ਹੋਣ ਤੇ ਪੂਰੀ ਇੱਕ ਵੀ ਨ ਹੋਵੇ ਉਸ ਬੰਦੇ ਦੇ ਦਿਲ ਤੇ ਕੀ ਬੀਤਦੀ ਆ ਤਾਂ ਹੀ ਮਰਦਾ ਇੱਕ ਅਦੀ ਲੋੜ ਹੋਵੇ ਤਾਂ ਕੀ ਕਹਿੰਦਾ ਚੱਲ ਨਹੀਂ ਤੇ ਨਾ ਸੀ ਅਨੇਕਾ ਹੀ ਲੋੜਾਂ ਹੋਣ ਮਕਾਨ ਚਾਹੀਦਾ ਨਹੀਂ ਹੈ ਰੋਟੀ ਚਾਹੀਦੀ ਨਹੀਂ ਹੈ ਪਾਣੀ ਚਾਹੀਦਾ ਨਹੀਂ ਹੈ ਉਹ ਤਨ ਢੱਕਣ ਨੂੰ ਕਪੜਾ ਚਾਹੀਦਾ ਨਹੀਂ ਹੈ ਅਨੇਕਾਂ ਹੀ ਲੋੜਾਂ ਨੇ ਪਰ ਲੋੜ ਇੱਕ ਵੀ ਪੂਰੀ ਨਾ ਹੋਵੇ ਕਿੰਨੀ ਕੀ ਪੀੜਾ ਹੁੰਦੀ ਉਸ ਵੇਲੇ ਬਿਰਥਾ ਅਨੇਕ ਫਿਰ ਕੀ ਗੱਲ ਅਪਦਾ ਅਪਦਾ ਕਿਹਨੂੰ ਕਹਿੰਦੇ ਸਰੀਰ ਨੂੰ ਕੋਈ ਭਿਆਨਕ ਰੋਗ ਲੱਗ ਜਾਵੇ ਤੇ ਕਿੰਨੀ ਦਰਦ ਹੁੰਦੀ ਹੈ ਕਹਿੰਦੇ ਉਹਦੀ ਦਰਦ ਇਕੱਠੀ ਕਰ ਲਓ ਪੁੱਛ ਲੋ ਕਿੰਨੀ ਕਿ ਦਰਦ ਹੈ ਜੇ ਕਿਸੇ ਨੂੰ ਮਹਿਸੂਸ ਹੋ ਵੀ ਜਾਵੇ ਕਿਸੇ ਨੂੰ ਰੋਗ ਲੱਗਾ ਹੋਵੇ ਤੇ ਕਹਿ ਦੇਵੇ ਲੈ ਮੈਨੂੰ ਹੀ ਪਤਾ ਇਹ ਦੁੱਖ ਦੀ ਦਰਦ ਕਿੰਨੀ ਹੈ ਗੱਜ ਕੇ ਕਿੰਦਾ ਆਪਾਂ ਕਿਸੇ ਲਈ ਕਹਿ ਦਿੰਨੇ ਕੋਈ ਬੰਦਾ ਬਿਮਾਰ ਹੋਵੇ ਤਾਂ ਉਹਨਾਂ ਨੂੰ ਦੋ ਗੱਲਾਂ ਕਰੀਏ ਤੇ ਉਹ ਉਹ ਰਹਿਣ ਦਿਓ ਮੈਨੂੰ ਹੀ ਪਤਾ ਇਹ ਦਰਦ ਕਿੰਨੀ ਹੈ ਇਸ ਰੋਗ ਦੀ ਦਰਦ ਕਿੰਨੀ ਹੈ ਗੱਲ ਤਕੱਟੀ ਦੀ ਦਰਦ ਕਿੰਨੀ ਹੈ ਮੈਨੂੰ ਹੀ ਪਤਾ ਠੀਕ ਹੈ ਅੱਗੇ ਕੀ ਕਹਿਣ ਲੱਗੇ ਕਹਿੰਦੇ ਅਧੀਨ ਦੀਨ ਗਤ ਅਧੀਨ ਦੀਨ ਦਾ ਮਤਲਬ ਕੀ ਹੈ ਕਿ ਕੋਈ ਪੁਰਾਣੀ ਕਿਸੇ ਦੇ ਅਧੀਨ ਕੰਮ ਕਰਦਾ ਹੋਵੇ ਅਧੀਨ ਕੀ ਕਰਦਾ ਹੋਵੇ ਤੇ ਦੀਨ ਕੀ ਦਾ ਮਤਲਬ ਕੀ ਹੈ ਕਿ ਕਿਸੇ ਦੇ ਅਧੀਨ ਕੰਮ ਕਰਦਾ ਹੋਵੇ ਤੇ ਉਹ ਬੰਦਾ ਐਹੋ ਜੇ ਬੋਲ ਬੋਲੇ ਕਿ ਤੇ ਸਹਿਣ ਤੋਂ ਬਾਹਰ ਹੋਣ ਪਰ ਇਹ ਗੋ ਬੋਲ ਨਾ ਸਕੇ ਕੁਝ ਵੀ ਬੇਕਸੂਰ ਬੰਦਾ ਹੋਵੇ ਕਿਸੇ ਕੰਪਨੀ ਚ ਕੰਮ ਕਰਨ ਦਾ ਤੁਸੀਂ ਬੇਕਸੂਰ ਹੋ ਤੁਸੀਂ ਅਥਾ ਮਿਹਨਤ ਕੀਤੀ ਰਾਤ ਦਿਨ ਮਿਹਨਤ ਕੀਤੀ ਤੇ ਤੁਹਾਡਾ ਮਰਕਤ ਤੁਹਾਨੂੰ ਤਾਂ ਨਾ ਮਾਰ ਦਵੇ ਤੁਸੀਂ ਬੋਲਣ ਜੋਗੇ ਨਹੀਂ ਅੱਗਹੀ ਪਰ ਉਸ ਵੇਲੇ ਤੁਹਾਡੇ ਦਿਲ ਤੇ ਕੀ ਬੀਦੀ ਹੈ ਤੇ ਤੁਹਾਨੂੰ ਪਤਾ ਦੁਜੰਦ ਪਤਾ ਹੀ ਨਹੀਂ ਕਿਸੇ ਨੂੰ ਵੀ ਯਾਰ ਮੈਂ ਰਾਤ ਦਿਨ ਇੱਕ ਕੀਤੀ ਐ ਮੈਂ ਘਰ ਬਿਠਾ ਕੰਮ ਕਰ ਕਰਦਾ ਮੈਂ ਬਾਹਰ ਭਜਾ ਫਿਰਦਾ ਮੈਂ ਕਦੀ ਪਰਵਾਹ ਨਹੀਂ ਕੀਤੀ ਆਪਣੇ ਸਿਰ ਦੀ ਮੈਂ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਤੇ ਕਿੱਦਾਂ ਤਾਨੇ ਸੁਣਨੋਂ ਮਿਲਣ ਦੇ ਨੇ ਅੱਗੋਂ ਬੋਲ ਨਹੀਂ ਸਕਦਾ ਇਹਨੂੰ ਕਹਿੰਦੇ ਆ ਅਧੀਨ ਦੀਨ ਗਤ ਗਤ ਕੀ ਗਤੀਵਿਧੀ ਕੰਮ ਕਰ ਕਰੀ ਜਾਂਦੋ ਨੂੰ ਗਤੀਵਿਧੀ ਕਹਿੰਦੇ ਪਰ ਫਿਰ ਵੀ ਤੁਸੀਂ ਕੰਮ ਕਰ ਕਰੀ ਜਾਂਦੇ ਹੋ ਫਿਰ ਵੀ ਤੁਸੀਂ ਭੱਜੜੜ ਕਰੀ ਜਾਂਦੇ ਹੋ ਪਰ ਮਾਰੋ ਚਾਤੀ ਉਸਲੇ ਤੁਹਾਡੇ ਦਿਲ ਤੇ ਕੀ ਬੀਤੀ ਹੈ ਨਹੀਂ ਕਿ ਦਰਦ ਹੁੰਦੀ ਉਸ ਵੇਲੇ ਠੀਕ ਹੈ ਔਰ ਇਹੋ ਜਿਹੀ ਦਰਦ ਜਿਹੜੀ ਹੈ ਨਾ ਇਹ ਬੰਦੇ ਨੂੰ ਰਾਤ ਨੂੰ ਸੌਣ ਨਹੀਂ ਦਿੰਦੀ ਆ ਬੋਲਣ ਜੁਗਾ ਫਿਰ ਵੀ ਨਹੀਂ ਤੇ ਫਿਰ ਗੁਰੂ ਜੀ ਕੀ ਕਹਿੰਨ ਲਗੇ ਗਰੀਖਮ ਔ ਸੀਤ ਬਰਖਮਾ ਨਿਸਪ੍ਰਾਤ ਹੈ। ਪੈ ਗੁਰਦਾਸੀ ਕਰਨ ਲਗੇ। ਕਹਿੰਦੇ ਗ੍ਰੀਖਮ ਗ੍ਰੀਖਮ ਕਿਹਨੂੰ ਕਹਿੰਦੇ ਆ ਗਰਮੀ ਨੂੰ। ਕਹਿੰਦੇ ਅਤਿ ਦੀ ਗਰਮੀ ਹੋਵੇ। ਔਰ ਸੀਤ ਸੀਤ ਅਤਿ ਦੀ ਠੰਡ ਹੋਵੇ। ਧੱਕੇ ਕੀ ਲਿਖਿਆ ਬਰਖਮਾ ਬਰਖਮਾ ਗਮ ਮੀ ਪੈਣਦੇ ਹੋਵੇ। ਨਿਸਪ੍ਰਾਤ ਹੈ। ਕਹਿੰਦੇ ਕੋਈ ਪੁਰਾਣੀ ਗਰਮੀ ਅਤ ਦੀ ਪੈਣ ਦੀ ਹੋਵੇ ਪਰ ਉਸ ਗਰਮੀ ਦੇ ਬਚਾਅ ਦੇ ਵਿੱਚੋਂ ਕੋਈ ਵਸੀਲਾ ਨਾ ਹੋਵੇ ਕਹਿੰਦਾ ਉਸ ਵੇ ਉਸ ਬੰਦੇ ਦੇ ਦਿਲ ਤੇ ਕੀ ਬੀਤਦੀ ਪਤ ਦੀ ਗਰਮੀ ਪੈਣ ਦੀ ਵਿਚਾਰਾ ਤੁੱਪੇ ਬੈਠਾ ਹੈ ਪਰ ਉਹਦੇ ਕੋਈ ਜਰੀਆ ਕੋਈ ਵਸੀਲਾ ਨਹੀਂ ਹੈ ਵੀ ਇਸ ਗਰਮੀ ਤੋਂ ਰਾਹਤ ਲੈ ਲਵੇ ਗਰਮੀ ਤੋਂ ਬਚਾਅ ਕਰ ਲਵੇ ਕਹਿੰਦਾ ਸੱਚਾ ਇਹ ਤਾਂ ਦੁੱਖ ਕਿੰਨਾ ਘੂਗਾ ਕਹਿੰਦੇ ਅਤ ਦੀ ਠੰਡ ਪੈਣ ਦੀ ਹੋਵੇ ਅਤ ਦੀ ਠੰਡ ਪੈਣ ਦੀ ਹੋਵੇ ਇੰਨੀ ਕਿ ਠੰਡ ਪੈਣ ਦੀ ਹੋਵੇ ਕਿ ਸਰੀਰ ਕੰਬਣ ਰਿਹਾ ਹੋਵੇ ਪਰ ਉਸ ਠੰਡ ਤੋਂ ਬਚਾ ਲਈ ਕੋਈ ਵਸੀਲਾ ਨਾ ਹੋਵੇ ਕੋਈ ਕੱਪੜਾ ਨਾ ਹੋਵੇ ਕੋਈ ਛੱਤ ਨਾ ਹੋਵੇ ਕਹਿੰਦਾ ਉਸ ਵੇਲੇ ਉਸ ਦਿਲ ਤੇ ਉੱਤੇ ਕੀ ਬੀਤਦੀ ਹੈ ਕਹਿੰਦੇ ਦੁੱਖ ਵੇਖ ਲੋ ਕੰਨਾਂਗਾ ਮਰ ਲਓ ਚਾਤੀ ਕਹਿੰਦਾ ਵੀ ਦੁਖੀ ਹੋ ਕਹਿੰਦੇ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਸੱਚ ਆ ਜੇ ਆਪਾਂ ਨੂੰ ਮੌਕਾ ਲੱਗ ਜਾਵੇ ਕਿਤੇ ਵੀ ਠੰਡ ਬੜੀ ਆ ਤੇ ਗੁਰੂ ਰੂਪ ਪਿਆਰੀ ਸਾਧ ਸੰਗਜੂ फटाफट ਪਚੀਦਾ ਆ ਕੋਈ ਕਪੜਾ ਗਰਮ ਕੋਰਾ ਮਿਲ ਜਾਏ ਕੋਈ ਅੱਗ ਤੇ ਬਲਣ ਦੇ ਉੱਤੇ ਜਾ ਕੇ ਬਹਿ ਜਾਈਏ ਹੁਣ ਨਾ ਕੋਈ ਕਪੜਾ ਗਰਮ ਹੈ ਕੋਈ ਨਾ ਕਿਤੇ ਕੋਈ ਅੱਗ ਬਲਦੀ ਤੇ ਲਾ ਕੇ ਕੋਈ ਬਹਿਣ ਨੂੰ ਮੌਕਾ ਮਿਲਦਾ ਨਾ ਕੋਈ ਬਹਿਣ ਦਿੰਦਾ ਉਹਦੇ ਦਿਲ ਤੇ ਕੀ ਵੀ ਦਿਵਸ ਉਹਦੇ ਅੰਦਰ ਦਾ ਦੁੱਖ ਉਹਦੇ ਅੰਦਰ ਦੀ ਪੀੜਾ ਉਹਦੇ ਅੰਦਰ ਦੀ ਤਰਸ ਸਿਰਫ ਉਹ ਹੀ ਜਾਣਦਾ ਫਿਰ ਕੋਈ ਨਹੀਂ ਜਾਣਦਾ ਫਿਰ ਕੀ ਕਰਨ ਲੱਗੇ ਕਹਿੰਦੇ ਮੀਂਹ ਪੈਣ ਦੇ ਆ ਨਹੀਂ ਪੈਣ ਦੇ ਕਹਿੰਦੇ ਇੰਨਾ ਕ ਮੀਂਹ ਪੈਣ ਰਿਹਾ ਉਸ ਮੀਂਹ ਤੋਂ ਬਚਣ ਲਈ ਕਿਸੇ ਬੰਦੇ ਕੋ ਕੋਈ ਪ੍ਰੇਲਾ ਨਾ ਹੋਵੇ ਕੋਈ ਵਸੀਲਾ ਨਾ ਹੋਵੇ ਕੋਈ ਜਰੀਆ ਨਾ ਹੋਵੇ ਤੇ 24 ਘੰਟੇ ਮੀਂਹ ਪੈਣ ਦੇ ਚ ਮੀਂਹ ਜੀ ਬਹਿਣਾ ਪੈ ਜਾਵੇ ਕਹਿੰਦੇ ਲਾਓ ਸਾਬ ਉਸ ਵੇਲੇ ਉਸ ਬੰਦੇ ਦੇ ਅੰਦਰ ਦੀ ਪੀੜਾ ਕਿਹੜੀ ਹੋਏਗੀ ਵੀ 24 ਘੰਟੇ ਹੋ ਗਿਆ ਮੀਂਹ ਪੈਣ ਦੇ ਨੂੰ ਤੇ ਮੇਰੇ ਕੋਈ ਵਸੀਲਾ ਨਹੀਂ ਉਹ ਤੋਂ ਬਚਾ ਕਰ ਲਵਾਂ ਤੇ ਮੜਾ ਮੁੰਡਾ ਕਿਤੇ ਉਹਲੇ ਹੋ ਕੇ ਬਹਿ ਜਾਵਾਂ ਕਹਿੰਦੇ ਸਬਦ ਤੇ ਕੀ ਮੀਤੇ ਹੋ ਗਏ ਕਹਿੰਦੇ ਠੀਕ ਹੈ ਕਹਿੰਦੇ ਕਰ ਲੋ ਪੀੜਾਂ ਦੇ ਇਕੱਠਾ ਇਹਨਾਂ ਸਾਰਿਆਂ ਦੀ ਪੀੜ ਇਕੱਠੀ ਕਰ ਲੋ ਕਿੰਨੀ ਕਿ ਦਰਦ ਹੋ ਇਹਨਾਂ ਨੂੰ ਠੀਕ ਹੈ ਫਿਰ ਕੀ ਕਹਿਣ ਲੱਗੇ ਪਾਈ ਗੋਦਸਿਆ ਕਹਿੰਦੇ ਗੋਦਜ ਬਧੂ ਵਿਸ਼ਵਾਸ ਬੰਸ ਕੋਠ ਹਤਿਆ ਦਰਸਨ ਅਨੇਕ ਦੁੱਖ ਦੋਖ ਬਸ ਗਾਥ ਹੈ ਚਲੋ ਕੀ ਕਹਿੰਦੇ ਕਹਿੰਦੇ ਗੋਦਜ ਬਦੂ ਗੋਦਜ ਕੀ ਗਊ ਬਦੂ ਕੀ ਹੱਤਿਆ ਕਰ ਦੇਣੀ ਕਹਿਣ ਲੱਗੇ ਵੀ ਗਲਤੀ ਵਿਚਾਰ ਕਰਿਓ ਕੋਈ ਪਰਾਣੀ ਗਊ ਦੀ ਹੱਤਿਆ ਕਰ ਦੇਵੇ ਕਿਉਂਕਿ ਗਊ ਨੂੰ ਮਾਨਤਾ ਦਿੱਤੀ ਗਈ ਹੈ ਗਊ ਦੀ ਹੱਤਿਆ ਨਹੀਂ ਕਰਦਾ ਕੋਈ ਕਿਹੜੀ ਗੱਲੋਂ ਕੁਝ ਐਸੇ ਜਾਨਵਰ ਨੇ ਜਿਹੜੇ ਇਨਸਾਨ ਦੇ ਬਹੁਤ ਨਜ਼ਦੀਕ ਨੇ ਬਹੁਤ ਨੇੜੇ ਨੇ ਗਾਆ ਕੁੱਤਾ ਕੋੜਾ ਮੋਰ ਠੀਕ ਹੈ ਹਾਥੀ ਇਹ ਬੰਦੇ ਤੇ ਬਹੁਤ ਨੇੜੇ ਇਹਨਾਂ ਦਾ ਸਬੰਧ ਬੜਾ ਠੀਕ ਤੋ ਸਮਝ ਆਉਣ ਲੱਗੇ ਕਿ ਕੋਈ ਗਊ ਦੀ ਹੱਤਿਆ ਕਰ ਦੇਵੇ ਕਿੰਨਾ ਵੱਡਾ ਪਾਪ ਹੈ ਠੀਕ ਫਿਰ ਕੀ ਕਹਿਣ ਲੱਗੇ ਕਹਿੰਦੇ ਵਿਸ਼ਵਾਸ ਬੰਸ ਕਹਿੰਦਾ ਕੋਈ ਆਪਣੇ ਕੁੱਲ ਦੇ ਵਿਸ਼ਵਾਸ ਘਾਤ ਕਰ ਦਵੇ ਕਿਉਂਕਿ ਆਪਣੇ ਖਾਨਦਾਨੀ ਨੂੰ ਬੜਾ ਵਿਸ਼ਵਾਸ ਹੁੰਦਾ ਹੈ ਕਿ ਇਹ ਸਾਡਾ ਪੁੱਤਰ ਹੈ ਸਾਡਾ ਬੱਚਾ ਹੈ ਕਿ ਸਾਡਾ ਰਿਸ਼ਤੇਦਾਰ ਹੈ ਸਾਡੇ ਨਾਲ ਇਦਾਂ ਨਹੀਂ ਕਰ ਸਕਦਾ ਕਹਿੰਦਾ ਉਹ ਕਰ ਦਵੇ ਕੋਈ ਆਪਣੇ ਗੁਰੂ ਨਾਲ ਵਿਸ਼ਵਾਸ ਘਾਤ ਕਰ ਦਵੇ ਹੂੰ ਕਿਉਂਕਿ ਗੁਰੂ ਨੂੰ ਆਪਣੇ ਸਿੱਖ ਤੇ ਬੜਾ ਭਰੋਸਾ ਹੁੰਦਾ ਹੈ ਕਹਿੰਦੇ ਗੁਰੂ ਨਾਲ ਕੋਈ ਵਿਸ਼ਵਾਸ ਘਾਤ ਕਰ ਦੇਵੇ ਵੀ ਬੜਾ ਵੱਡਾ ਪਾਪ ਆ। ਠੀਕ ਹੈ ਉਹ ਵਿਸ਼ਵਾਸ ਘਾਤ ਕਰ ਦੇਵੇ ਬੜਾ ਵੱਡਾ ਪਾਪ ਆ। ਕਹਿੰਦੇ ਕੋਟ ਹੱਤਿਆ ਕਹਿੰਦੇ ਕੁਰਣਾ ਹੱਤਿਆ ਦੇ ਬਰਾਬਰ ਹੈ। ਤ੍ਰਿਸ਼ਨਾ ਅਨੇਕ ਕਹਿੰਦੇ ਮਨ ਵਿੱਚ ਤ੍ਰਿਸ਼ਨਾ ਬੜੀਆਂ ਹੋਣ। ਇਦਾਂ ਹੋ ਜਵੇ ਇਦਾਂ ਹੋ ਜੇ ਇਦਾਂ ਪੂਰੀ ਇੱਕ ਵੀ ਨਾ ਹੋਵੇ। ਬੜਾ ਵੱਡਾ ਦੁੱਖ ਹੈ। ਬੜਾ ਵੱਡਾ ਬੰਦੇ ਨੂੰ ਦੁੱਖ ਲੱਗਦਾ। ਕ੍ਰਿਸ਼ਨ ਅਨੇਕ ਦੁੱਖ-ਦੋਖ ਬਸ ਘਾਤ ਹੈ। ਕਹਿੰਦੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਬੰਦੇ ਦਾ ਮਨ ਦਾ ਸੰਤੁਲਨ ਉਹ ਵਿਗੜ ਜਾਂਦਾ। ਮਨ ਦੇ ਅੰਦਰ ਦੀ ਅਵਸਥਾ ਜਿਹੜੀ ਹੈ ਇਹ ਸਾਰੇ ਪਾਪ ਕਰਕੇ ਤੇ ਵਿਗੜ ਜਾਂਦੀ ਹੈ। ਤੇ ਪਤਾ ਕੀ ਹੁੰਦਾ ਫਿਰ? ਉਹ ਧਿਆਨ ਦਿਓ। ਇੱਕ ਪਾਪੀ ਆਦਮੀ ਹੈ ਜਿੰਨੇ ਮਰਜ਼ੀ ਪਾਪ ਕਰ ਲਵੇ। ਬੇਸ਼ੱਕ ਉਹ ਤੁਹਾਨੂੰ ਕਹਿੰਦਾ ਫਿਰ ਮੰਨੀ ਬਰਵਾ ਕਿਸੇ ਚੀਜ਼ ਦੀ ਪਰ ਜਦੋਂ ਉਹ ਕਿਹਦੀ ਹੱਤਿਆ ਕਰਕੇ ਆਉਂਦਾ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਫਿਰ ਸਹਾਰਾ ਲਾ ਲਾ ਕਹਿੰਦਾ ਨਸ਼ੇ ਦਾ ਕਹਿੰਦੇ ਕਿੰਨਾ ਕੁ ਦੁੱਖ ਹੋਊਗਾ ਉਹ ਹੱਤਿਆ ਕਰਦੇ ਆਇਆ ਕੋਈ ਪਾਪ ਕਰਦੇ ਆਇਆ ਪਾਪ ਕਰਕੇ ਵੀ ਦੁੱਖ ਕਿੱਦਾਂ ਲੱਗਦਾ ਹੋਊਗਾ ਕਹਿੰਦੇ ਬਿਲਕੁਲ ਸੱਚ ਕਹਿੰਦਾ ਕਰ ਲੋ ਇਕੱਠਾ ਇਹਦਾ ਦੁੱਖ ਇਕੱਠਾ ਕਰ ਲਓ ਕਹਿੰਦੇ ਪਰ ਭਾਈ ਗੁਰਦਾਸ ਜੀ ਮਹਾਰਾਜ ਪੁੱਤ ਕੀ ਕਹਿਣ ਲੱਗੇ ਕਹਿੰਦੇ ਅਨੇਕ ਪ੍ਰਕਾਰ ਜੋਰ ਸકલ ਸੰਸਾਰ ਸੋਧ ਪੀਏ ਕੇ ਬਿਛੋ ਪਰ ਇੱਕ ਨਾ ਪੁਜਤ ਹੋਇਆ ਧਿਆਨ ਨਾਲ ਸੁਣ ਕੀ ਗੱਲ ਲਗੇ ਕਹਿੰਦੇ ਅਨੇਕ ਪ੍ਰਕਾਰ ਜੋਰ ਸકલ ਸੰਸਾਰ ਸੋਧ ਕਹਿੰਦੇ ਜਿੰਨੇ ਸੰਸਾਰ ਦੇ ਉੱਤੇ ਦੁੱਖ ਨੇ ਨਾ ਜਿੰਨੇ ਸੰਸਾਰ ਤੇ ਪੀੜਾਂ ਨੇ ਕਹਿੰਦੇ ਮੈਂ ਨਾ ਤਿੰਨਾਂ ਪੰਕਤੀਆਂ ਦੇ ਵਿੱਚ ਤਕਰੀਬਨ ਤਕਰੀਬਨ ਬਿਆਨ ਕਰ ਦਿੱਤੀਆਂ ਨੇ ਇਹ। ਇਹ ਸਾਰੀਆਂ ਮਸੂਦ ਕੇ ਕਹਿੰਦਾ ਪਉ ਇਕੱਠੀਆਂ ਕਰਕੇ ਵੇਖੀਆਂ ਪੀੜਾ, ਦੁੱਖ, ਦਰਦ ਇਕੱਠੀਆਂ ਕਰਕੇ ਵੇਖੀਆਂ ਨੇ ਮੈਂ। ਕਹਿੰਦੇ ਸਾਰੇ ਦੁੱਖ, ਸਾਰੀਆਂ ਪੀੜਾਂ, ਸਾਰੀਆਂ ਦਰਦਾਂ ਪਿਆ ਕੇ ਵਿਛੋੜ ਪਰਮਾਤਮਾ ਦੇ ਵਿਛੋੜੇ। ਪਲ ਇੱਕ ਨਾ ਪਜਾਤ ਹੈ। ਕਹਿੰਦੇ ਇੱਕ ਪਲ ਵੀ ਪਰਮਾਤਮਾ ਦੇ ਵਿਛੋੜੇ ਦੀ ਪੀੜ ਤੇ ਬਰਾਬਰ ਇਹ ਪੀੜਾਂ ਨਹੀਂ ਪੁੱਜ ਸਕਦੀਆਂ। ਇਹਤੇ ਪੀੜਾ ਕੁਝ ਵੀ ਨਹੀਂ ਜਿੰਨੀ ਪੀੜਾ ਪਰਮਾਤਮਾ ਦੇ ਵਿਰਹਾ ਦੀ ਹੈ ਉਹ ਵਾਹਿਗੁਰੂ ਲਾਉ ਸਾਹਿਬ ਇਹ ਕਹਿੰਦੇ ਜਿੰਨੀ ਪੀੜਾ ਪਰਮਾਤਮਾ ਦੇ ਵਿਛੋੜੇ ਦੀ ਹੈ ਜਦੋਂ ਪਰਮਾਤਮਾ ਦੇ ਵਿਛੋੜੇ ਦਾ ਪਤਾ ਲੱਗਦਾ ਹੈ ਗੁਰੂ ਦੇ ਸ਼ਬਦ ਦੀ ਸੋਝੀ ਆਉਂਦੀ ਹੈ ਤੇ ਕਹਿੰਦੇ ਗੁਰੂ ਦੇ ਸ਼ਬਦ ਦੀ ਸੋਝੀ ਆਉਣ ਤੋਂ ਬਾਅਦ ਜਿਆਦਾ ਵਿਰਹਾ ਪੈਦਾ ਹੁੰਦਾ ਅੰਦਰ ਕਹਿੰਦੇ ਉਸ ਦੁੱਖ ਦੇ ਬਰਾਬਰ ਉਸ ਪੀੜਾ ਦੇ ਬਰਾਬਰ ਸੰਸਾਰ ਦੀ ਕੋਈ ਵੀ ਪੀੜਾ ਨਹੀਂ ਹੈ ਸਭ ਤੋਂ ਵੱਡੀ ਪੀੜਾ ਹੈ ਕਿਹੜੀ ਜਦੋਂ ਪ੍ਰਮਾਤਮਾ ਦਾ ਮਤ ਲੱਗਦਾ ਕਿ ਅਸੀਂ ਉੱਥੋਂ ਵਿਛਲੇ ਹਾਂ ਫਰੀ ਸਾਹਿਬ ਬੋਲੇ ਕਿ ਕਹਿੰਦੇ ਬਿਰਹਾ ਬਿਰਹਾ ਆਖੀਏ ਮੇਰੇ ਹਾਂ ਤੁੰਗ ਸੁਲਤਾਨ ਹੁਣ ਤੇ ਅੰਦਰ ਸੁਲਤਾਨ ਕਿਹਨੂੰ ਕਹਿੰਦੇ ਬਾਦਸ਼ਾਹ ਨੂੰ ਬਾਦਸ਼ਾਹ ਕਿਹਨੂੰ ਕਹਿੰਦੇ ਜਿਹੜਾ ਪਬਲਿਕ ਤੋਂ ਕੋਈ ਉੱਚੀ ਅਮਿਤ ਰੱਖਦਾ ਕਹ ਫਰੀਦ ਸਾਹਿਬ ਨੇ ਬਿਰਹਾ ਬਿਰਹਾ ਕੀ ਇਹ ਕਹਿੰਦੇ ਸੰਸਾਰ ਬਿਰਹਾ ਬਿਰਹਾ ਵਿਚੋੜਾ ਵਿਚੋੜਾ ਆਖਦੇ ਫਿਰਦੇ ਨੇ ਕਹਿੰਦੇ ਬੜਾ ਵੱਡਾ ਦੁੱਖ ਹੈ ਪਰ ਧਿਆਨ ਦਿਓ ਬਿਰਹਾ ਤੂੰ ਸੁਲਤਾਨ ਕਹਿੰਦਾ ਸੰਸਾਰ ਦੀਆਂ ਸਾਰੀਆਂ ਪੀੜਾਂ ਨਾਲੋਂ ਤੂੰ ਚਾਹੇ ਤੂੰ ਵੱਡਾ ਹੈ ਤੂੰ ਬਾਦਸ਼ਾਹ ਹੈ ਬਾਕੀ ਪੀੜਾ ਤੇਰਾ ਸਭ ਥੱਲੇ ਹੀ ਨੇ ਤਾਂ ਹੀ ਕਹਣਾ ਤੂੰ ਸੁਲਤਾਨ ਕਿਉਂਕਿ ਆਪਾਂ ਕਹੀਏ ਯਾਰ ਮੰਤਰੀ ਅਗਲਾ ਅਗਲਾ ਬਾਦਸ਼ਾਹ ਹੈ ਸਾਰੇ ਉਹਦੇ ਥੱਲੇ ਹੀ ਨੇ ਉਹ ਤੇ ਬਹੁਤ ਵੱਡਾ ਹੈ ਦੇ ਫਰੀਦ ਸਾਹਿਬ ਨੇ ਕਹਿੰਦੇ ਬਿਰਹਾ ਤੂੰ ਸੁਲਤਾਨ ਕਹਿੰਦੇ ਜਿਹੜਾ ਬਿਰਹਾ ਮਛੋੜੇ ਦਾ ਦੁੱਖ ਹੈ ਨਾ ਬਾਕੀ ਦੁੱਖ ਸਾਰੇ ਉਹਦੇ ਥੱਲੇ ਹੀ ਨੇ ਫਰੀਦ ਸਾਹਿਬ ਵੀ ਕਹਿੰਦੇ ਜਿਤ ਤਨ ਬਿਰਹੋਂ ਨ ਉਪਜੇ ਆਹਾਹਾ ਕਹਿੰਦੇ ਜਿਸ ਮਨ ਵਿੱਚ ਇਥੇ ਤਨ ਮਨ ਨੂੰ ਗਿਆ ਕਹਿੰਦੇ ਜਿਸ ਮਨ ਵਿੱਚ ਉਸ ਪਰਮਾਤਮਾ ਦੇ ਵਿੱਚ ਛੋੜੇ ਦੀ ਦਰਦੀ ਨਹੀਂ ਪੈਦਾ ਹੋਈ ਅਜੇ ਤੱਕ ਸੋ ਤਨ ਜਾਣ ਮਿਸਾਨ ਕਹਿੰਦਾ ਇਹਨੂੰ ਜਾਨ ਕੀ ਜਾਨ ਇਹ ਤੇ ਮਰੀਆਂ ਦੇ ਬਰਾਬਰ ਹੀ ਐ। ਇਹਦੇ ਮੁਰਦਾ ਆ ਤੇ ਮਰੀਆ ਬਿਆ। ਨੂੰ ਪਿਆਰ ਜੋ। ਕਿਤੇ ਜਨਾਨੀ ਆਪਣੇ ਪਤੀ ਬਾਰੇ 2-4 ਦਿਨ ਨਾ ਨਾ ਲਵੇ ਪਤੀ ਕਿਤੇ ਗਿਆ ਹੋਵੇ ਤੇ ਅੰਡਣਾ ਗੋਲਣਾ ਮਜ਼ਾਕ ਕਰਨ ਲੱਗ ਪੈਂਦੀ ਐ। ਇਹਦੇ ਮੂੰਹ ਤੋਂ ਕਦੀ ਆਪਣੇ ਪਤੀ ਦਾ ਨਾਮ ਸੁਣਿਆ ਹੀ ਨਹੀਂ। ਕਹਿੰਦਾ ਮਲੇ ਪਿਆਰ ਨਹੀਂ ਕਰਦੀ। ਠੀਕ ਆ। ਸਿਰਫ ਵਿਚਾਰ ਕਰਕੇ ਦੇਖਣਾ ਕਿ ਕਿੱਡੀ ਸੋਹਣੀ ਗੱਲ ਗੁਰੂ ਸਾਹਿਬਾਨ ਨੇ ਕਹੀ ਕਹਿੰ ਲੋ ਭਾਈ ਮਨ ਕੀ ਬਿਰਤਾ ਮਨ ਹੀ ਜਾਣੇ ਉਹਨਾਂ ਮਨ ਦੀ ਅੰਦਰ ਜੀ ਦਰਦ ਵਾਲਾ ਦੁੱਖ ਹੈ ਨਾ ਮਨ ਹੀ ਜਾਣਦਾ ਹੈ ਅਵਰ ਕੋ ਜਾਣੇ ਪੀਰ ਭਰਈਆ ਕਹਿੰਦੇ ਇਸ ਪ੍ਰਾਈ ਪੀਰ ਦਾ ਬਾਕੀ ਲੋਕਾਂ ਨੂੰ ਕੀ ਪਤਾ ਕੀ ਦਰਦ ਹੈ ਜਦੋਂ ਆਪਾਂ ਗੁਰਬਾਣੀ ਸੁਣੀ ਹੈ ਪੜ੍ਹੀ ਹੈ ਸਾਨੂੰ ਝੋਟ ਨਹੀਂ ਲੱਗੀ ਚੋਟ ਕਿਉਂ ਨਹੀਂ ਲੱਗੀ ਕਹਿੰਦਾ ਬੜੀ ਬੜੀ ਲੰਘੇ ਅਸੀਂ ਤੂੰ ਕਹਿੰਦਾ ਬੜਾ ਨਿਸ਼ਾਨੇ ਬਾਦਾ ਮੈਨੂੰ ਤਾਂ ਗੋਲੀ ਵੱਜੀ ਨਹੀਂ ਕਦੀ ਉਹਨੇ ਨਾ ਮਾਰੀ ਚਲਾਈ ਨਹੀਂ ਉਹਨੇ ਤਹਾਨੂੰ ਪੁੱਛਿਆ ਵੀ ਉਹ ਕਹਿੰਦਾ ਬੜੀ ਬੜੀ ਲੰਘੇ ਕਹਿੰਦਾ ਨੂੰ ਕਹਿੰਦਾ ਮੇਰੇ ਸਾਹਮਣੋਂ ਤਾਂ ਲੰਘੇ ਕਰੀ ਤੇ ਗੁਰੂ ਸਾਹਿਬਾਂ ਨੇ ਕਹਿੰਦੇ ਕਹਿੰਦਾ ਤਨ ਕਰਕੇ ਰੋਜ਼ ਗੁਰਦਾਰੇ ਉਹਨਾਂ ਨੂੰ ਕਹਿੰਦਾ ਮਨ ਕਰਕੇ ਆਵੇ ਤੇ ਸਹੀ ਜਦਨ ਮਨ ਕਰਕੇ ਉਹ ਆ ਉਹਦਨ ਗੋਲੀ ਵੱਜਣੀ ਐ ਇਹਨੂੰ ਉਹਦਨ ਸਮਝ ਲੱਗਣੀ ਐ ਇਹਨੂੰ ਗੁਰਬਾਣੀ ਦੀ ਉਤੋਂ ਪਹਿਲਾਂ ਨਹੀਂ ਲੱਗਣੀ ਨਹੀਂ ਲੱਗਣੀ ਪਤਲਾ ਜਿੱਥੇ ਪੈਦਾ ਫਿਰ ਤੇ ਆਂਦੇ ਹੋ ਕਬੀਰ ਸਭਨ ਕਹਿਣ ਲਗੇ ਕਹਿੰਦੇ ਲੱਗੀ ਹੋਏ ਸੋ ਜਾਣੇ ਪੀਰ ਲੱਗੀ ਹੋਏ ਸੋ ਜਾਣੇ ਪੀਰ RAM ਭਗਤ ਆਨੀਆਂ ਲੈ ਤੀਰ ਲੱਗੀ ਹੋਏ ਸੋ ਜਾਣੇ ਪੀਰ RAM ਭਗਤ ਭਗਤ ਕਿਹਨੂੰ ਕਹਿੰਦੇ ਪੱਬਾ ਭਾਵਨ ਗਤ ਕੀ ਹੈ ਗਤੀਵਿਧੀ ਚਾਲ ਕਹਿੰਦਾ ਜਿੱਦੀ ਚਾਲ ਦੇ ਅੰਦਰ 24 ਘੰਟੇ ਭਾਵਨਾ ਹੀ ਮੌਜੂਦ ਹੈ ਕਹਿੰਦਾ ਆਪਾ ਪਰਮਾਤਮਾ ਦਾ ਪ੍ਰੇਮ ਤੇ ਭਰੋਸਾ ਹੀ ਮੌਜੂਦ ਹੈ ਕਹਿੰਦੇ ਤੇ ਭਗਤ ਅਨਿਅਲੇ ਅਨਿਅਲੇ ਤਿੱਖੇ ਤਿੱਖੇ ਬਹੁਤ ਤਿੱਖੇ ਕੀਤੇ ਹੋਏ ਉਹਨੂੰ ਅਨਿਅਲੇ ਕਹਿੰਦੇ ਆ ਕਹਿੰਦੇ ਰਾਮ ਭਗਤ ਅਨਿਅਲੇ ਤੀਰ ਕਹਿੰਦਾ ਜਿਹੜਾ ਉਸ ਪਰਮਾਤਮਾ ਦੀ ਭਗਤੀ ਆ ਨਾ ਪਰਮਾਤਮਾ ਦੀ ਸੋਝੀ ਜਿਹੜੀ ਹੈ ਕਹਿੰਦਾ ਤਿੱਖਾ ਤੀਰ ਆ ਪਰ ਧਿਆਨ ਲੱਗਿਓ ਲੱਗੀ ਹੋਏ ਸੋ ਜਾਣੇ ਪੀਰ ਕਹਿੰਦਾ ਜਿਹਨੂੰ ਇਹ ਤੀਰ ਵੱਜਦਾ ਨਾ ਜਿਹਨੂੰ ਸਮਝ ਲੱਗਦੀ ਹੈ ਇਹ ਬਿਰਖਾ ਦੀ ਪੀੜ ਉਸ ਨੂੰ ਪਤਾ ਜਿਹਨੂੰ ਸਮਝ ਲੱਗੀ ਨਹੀਂ ਗੁਰਬਾਣੀ ਦੀ ਉਹਨੂੰ ਕੀ ਪਤਾ ਲੱਗਣਾ ਕੀ ਉਹਨੇ ਲੱਗਣਾ ਤਾਂ ਫਿਰ ਉਹ ਕਹਿਣ ਲੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਐਸੀ ਚੋਟ ਲੱਗੀ ਐਸੀ ਚੋਟ ਲੱਗੀ ਐਸੀ ਚੋਟ ਲੱਗੀ ਕਹਿੰਦੇ ਮੈਨੂੰ ਪੁੱਛ ਕੇ ਦੇਖੋ ਉੱਥੇ ਬੈਠਿਆਂ ਬੈਠੇ ਮੇਰੇ ਅੰਦਰੋਂ ਨਿਕਲ ਆਇਆ RAM GUR MOHUN ਮੋਹ ਮਨ ਲਈਆ ਕਹਿੰਦੇ हे ਪ੍ਰਮਾਤਮਾ ਪੜਤ ਗੁਰੂ ਦਾ ਰੂਪ ਧਾਰਨ ਕੀਤਾ ਹੈ ਨਾ RAM ਗੁਰਮੋਹਨ ਕਹਿੰਦੇ ਪ੍ਰਮਾਤਮਾ ਨੇ ਤਾਂ ਗੁਰੂ ਬਣ ਕੇ ਸੰਸਾਰ ਦੇ ਤੇ ਆਇਆ ਤੇ ਉੱਤੇ ਮੋਹਨ ਆ ਤੋ ਤੇ ਲੋਕਾਂ ਦੇ ਮਨ ਹੀ ਮੋਹ ਲੈਣਾ ਹੈ ਕਹਿੰਦਾ ਜਦੋਂ ਮੈਂ ਤੇਰੇ ਬਚਨ ਸੁਨੇ ਆ ਮੋਹ ਮਨ ਲਈਆ ਕਹਿੰਦੇ ਮੇਰਾ ਮਨ ਵੀ ਤੇਰੇ ਪਿਆਰ ਚ ਮੋਇਆ ਗਿਆ ਖਿੱਚਿਆ ਗਿਆ ਤੇਰੇ ਹੀ ਵਸ ਚ ਆ ਗਿਆ ਮੋਹ ਦਾ ਭਾਵ ਕੀ ਹੁੰਦਾ ਫਸ ਚ ਕਰ ਲੈਣਾ ਆਪਾਂ ਕਹਿੰਦੇ ਨਹੀਂ ਉਨੇ ਭਰਾ ਨੇ ਮੇਰਾ ਬੱਚਾ ਮੂਹ ਲੈ ਆਇਆ ਕਹਿੰਦਾ ਪਾ ਵਾਸੇ ਚ ਕਰ ਲਿਆ ਕਹਿੰਦੇ ਗੁਰੂ ਤੇਰਾ ਰੂਪ ਇੱਡਾ ਸੋਹਣਾ ਆ ਤੂੰ ਤੇ ਮੂਹ ਨੇ ਆ ਹੋ ਮੰਨ ਲਈਆ ਮੇਰਾ ਮਨ ਹੀ ਆਪਣੇ ਵਾਸੇ ਚ ਕਰ ਲਿਆ ਕਿਸੇ ਨੇ ਪੁੱਛਿਆ ਕਿ ਗੁਰੂ ਜੀ ਤੁਸੀਂ ਕਹਿੰਦੇ ਹੋ ਵੀ ਤੁਹਾਡਾ ਗੁਰੂ ਨੇ ਮਨ ਹੀ ਮੂਹ ਲੈ ਆਪਣੇ ਵਾਸੇ ਚ ਕਰ ਲਿਆ ਉਹ ਕਿੱਦਾਂ ਕਰ ਲਿਆ ਤੁਹਾਨੂੰ ਕਿੰਦਾ ਪਤਾ ਲੱਗਾ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਹਿੰਦੇ ਹਉ ਆਕਲ ਬਿਕਲ ਪਈ ਗੁਰ ਦੇਖੇ ਹਉ ਆਕਲ ਵਿਕਲ ਪਈ ਗੁਰ ਦੇਖੇ ਹਉ ਲੋਟ ਪੋਟ ਹੋਏ ਪਈ ਆ ਹਉ ਆਕਲ ਵਿਕਲ ਆਕਲ ਵਿਕਲ ਕੀ ਕਬੜਾ ਗਈ ਹੈ ਸੁਧ ਬੁੱਧ ਗਵਾਚ ਗਈ ਹੈ ਹਉ ਆਕਲ ਵਿਕਲ ਪਈ ਗੁਰ ਦੇਖੇ ਹਉ ਧਿਆਨ ਦੇਖਣਾ ਗੁਰ ਦੇਖੇ ਦਾ ਮਤਲਬ ਕਹਿੰਦੇ ਜਦੋਂ ਮੈਂ ਇਸ ਗੁਰੂ ਦੇ ਸਰਵਣੀ ਦਰਸ਼ਨ ਕੀਤੇ ਆ ਮੈਂ ਅਕਲ ਵਿਕਲ ਮੈਂ ਕਬਰਾ ਗਈ ਮੇਰੀ ਸੁੱਤ ਬੁੱਤ ਮੇਰੀ ਗਵਾਚ ਗਈ ਤਾਂੰਦਨਾ ਕਿਵੇਂ ਸਰਵਨ ਦਰਸ਼ਨ ਜਿਹੜੇ ਨੇ ਨਾ ਤੇ ਨਿੱਤਰ ਦਰਸ਼ਨ ਚ ਫਰਕ ਕੀ ਹੈ ਕਹਿੰਦੇ 8ਵੇਂ ਪਾਚ ਸ੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਇਕਸਥਾਨ ਤੇ ਗਏ ਉਥੇ ਲੋਕਾਂ ਚ ਰੋਣਾ ਪੈ ਗਿਆ ਵੀ ਸਾਢੇ 5 ਸਾਲ ਦੀ 6 ਸਾਲ ਦੀ ਉਮਰ ਹੈ ਤੇ ਗੁਰੂ ਨਾਨਕ ਬਣੇ ਫਿਰਦੇ ਸੁਣਨਾ ਨੇਤ ਦਰਸ਼ਨ ਤੇ ਸਰਵ ਦਰਸ਼ਨ ਵਿੱਚ ਫਰਕ ਕੀ ਹੈ ਗਾਇ ਤੇ ਕੀ ਕਹਿਣ ਲੱਗੇ ਕਹ ਦਲਾ ਸਾਢੇ 5 ਸਾਲ ਦੀ ਉਮਰ ਹੈ ਕਹਦੇ ਨਾਨਕ ਹੈ 8ਵੇਂ ਨਾਨਕ ਹੈ ਇੱਕ ਬ੍ਰਾਹਮਣ ਆਇਆ ਉਹਨੇ ਵੇਖਿਆ ਵੀ ਇਹ ਕਿੱਦਾਂ ਹੋ ਸਕਦਾ ਛੋਟੀ ਜੀ ਉਮਰ ਹੈ ਸਾਢੇ 5 ਸਾਲ ਦੀ ਕਹਦੇ ਨਾਨਕ ਹੁਣ ਬ੍ਰਾਹਮਣ ਨੇ ਵੇਖਿਆ ਨੇਤ ਦਰਸ਼ਨ ਕੀਤੇ ਆ ਤੇ ਯਕੀਨੀ ਆ ਰਿਹਾ ਵੀ ਨਾਨਕ ਹੈ ਤੇ ਬ੍ਰਾਹਮਣ ਕੀ ਕਹਿੰਦਾ ਕਹਿੰਦਾ ਤੁਹਾਡਾ ਨਾਂ ਵੀ ਕ੍ਰਿਸ਼ਨ ਹੈ ਤੇ ਦਵਾਪਰ ਯੁੱਗ ਦੇ ਵਿੱਚ ਵੀ ਕ੍ਰਿਸ਼ਨ ਹੋਇਆ ਕਹਿੰਦੇ ਨੇ ਗੀਤਾ ਲਿਖੀ ਸੀਗੀ ਤੁਸੀਂ ਕੀਤਾ ਤਾਂ ਸਲਾਹ ਹੀ ਕਰ ਦਿਓ ਪਰਖ ਲਈ ਹੈ ਨਾ ਕਿਉਂਕਿ ਵੇਖਿਆ ਨੇਤਰ ਦਰਸ਼ਨ ਨੇ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਬੈਠੇ RAM ਨਾਲ ਕਹਿੰਦੇ ਆਪਾਂ ਕੀ ਕਰਨੇ ਤੂੰ ਲਿਆ ਆਂ ਕਿਸੇ ਕੋਲੋਂ ਕਰਾ ਦੇਂਦੇ ਕਹਿੰਦੇ ਬ੍ਰਾਹਮਣ ਇੱਕ ਗੁੰਗਾ ਲਾਇਆ ਗੁੰਗਾ ਚੀਵਰ ਜਿਹਨੂੰ ਲੈ ਆ ਕੇ ਪਟਾਕੰਦਾ ਲੋਜੀ ਪਾਤਸ਼ਾਹ ਨੇ ਕੁਝ ਨਹੀਂ ਪੁੱਛਿਆ ਨਾ ਲੈਣਾ ਨਾ ਦੇਣਾ ਵੀ ਇਹ ਗੁੰਗਾ ਕੇ ਬੋਲਦਾ ਕਿ ਨਹੀਂ ਬੋਲਦਾ ਉਹਦੇ ਸਿਰ ਤੇ ਛੜੀ ਰੱਖੀ ਕਹਿੰਦੇ ਚੱਲ ਬਈ ਉਹ ਗੀਤਾ ਗਾਈਦਾ ਤੇ ਨਾਲ ਸੱਤ ਲਾਤ ਕਰੀ ਜਾ ਛੜੀ ਰੱਖੀ ਉਹ ਗੀਤਾ ਗਾਉਣ ਲੱਗ ਪਿਆ ਬੜੀ ਮਿੱਠੀ ਜੀ ਸੁਰ ਦੇ ਅੰਦਰ ਤੇ ਨਾਲ ਦੇ ਨਾਲ ਅਰਥ ਕਰਨ ਲੱਗ ਪਿਆ ਬ੍ਰਹਮ ਚਰਨਾਂ ਦੇ ਟੇਰੀ ਹੋ ਗਿਆ ਕਹਿੰਦਾ ਪਾਛਾ ਨਿੱਤਰ ਦਰਸ਼ਨ ਕੀਤੇ ਤੇ ਹਮੇ ਆ ਗਈ ਪਰ ਸਰਵਣੀ ਦਰਸ਼ਨ ਕੀਤੇ ਤੇ ਹਮੇ ਸਾਰੀ ਮਰ ਗਈ ਤੇਰੇ ਚਰਨਾਂ ਦੇ ਟੇਰੀ ਹੋ ਗਿਆ ਇਹ ਆ ਨਿੱਤਰ ਦਰਸ਼ਨ ਤੇ ਸਰਵਨ ਦਰਸ਼ਨ ਕਹਿੰਦੇ ਨਿੱਤਰਾਂ ਨਾਲ ਵੇਖਿਆ ਤੇ ਤੁਹਾਡੀ ਉਮਰ ਛੋਟੀ ਲੱਗੀ ਪਰ ਜਦੋਂ ਸਰਵਨ ਦਰਸ਼ਨ ਕੀਤੇ ਫਿਰ ਤੁਸੀਂ ਨਨਕ ਲੱਗੇ ਮੇਰੀ ਮੈਂ ਮਰ ਗਈ ਮਾ ਚਰਨ ਚ ਤੇਰੀ ਹੋ ਗਿਆ ਗੱਲ ਸਿਰਫ ਸਮਝਣ ਵਾਲੀ ਹੈ ਅਸੀਂ ਗੁਰੂ ਦੇ ਨਿਤਿਦਰਸ਼ਨ ਦੇ ਘਰ ਆਉਨੇ ਆਂ ਅਸੀਂ ਸਰਵਣੀ ਦਰਸ਼ਨ ਨਹੀਂ ਕਰਦੇ ਨਿਤਿਦਰਸ਼ਨ ਕਰ ਲੈਨੇ ਆਪਾਂ ਬਾਣੀ ਚ ਲਿਖਿਆ ਤਾਂ ਸਤਗੁਰ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵਈ ਜਿੱਤਰ ਸ਼ਬਦ ਨਾ ਕਰੇ ਵਿਚਾਰ ਕਹਿੰਦੇ ਸੰਸਾਰ ਵਾਲਿਓ ਇੱਕ ਗੱਲ ਪੱਲੇ ਬੰਨਿਓ ਨਕੀ ਕਹਿੰਦੇ ਅਸੀਂ ਗੁਰੂ ਨੂੰ ਵੇਖ ਕੇ ਮੁਕਤੀ ਨਹੀਂ ਹੁੰਦੀ ਇਹਨੂੰ ਸਭ ਦੁਨੀਆਂ ਵੇਖਣ ਲਈ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦੇ ਸ਼ਬਦ ਦੀ ਵਿਚਾਰ ਕੀ ਹੈ ਸਰਵਨ ਦਰਸ਼ਨ ਗੁਰੂ ਗ੍ਰੰਥ ਸਾਹਿਬ ਦਾ ਸਰਵਨ ਦਰਸ਼ਨ ਕਰ ਲੈ ਇਹ ਸਰਵਨ ਦਰਸ਼ਨ ਕਰੋਗੇ ਗੁਰਬਾਣੀ ਨੂੰ ਸਰਵਣ ਕਰੋਗੇ ਧਿਆਨ ਲਾ ਕੇ ਚਿੱਤ ਜੋੜ ਕੇ ਸਰਵਣ ਕਰੋਗੇ ਸੁਣੋਗੇ ਤੁਹਾਡੇ ਅੰਦਰ ਦੇ ਤੁਣੇ ਤੁਪ ਜਾਣੇ ਪਾ ਤੁਸੀਂ ਤਾਂ ਨਿਤਿਦਰਸ਼ਨ ਕਰ ਲੈਨੇ ਹੋ ਨਿਤਿਦਰਸ਼ਨ ਕਰਕੇ ਵਿਹਲੇ ਹੋ ਜਾਂਦੇ ਹੋ ਠੀਕ ਸਰਵਨ ਦੇ ਦਰਸ਼ਨ ਕਰਦੇ ਨੇ ਸਰਵਨ ਦਰਸ਼ਨ ਹੈ ਗੁਰੂ ਨੂੰ ਸੁਣਨਾ ਜਿਹੜੀ ਗੱਲ ਗੁਰੂ ਸਾਹਿਬ ਬੰਨੇ ਕਿਹਾ ਸੁਣ ਗੁਰਬਚਨ ਮਨ ਤੀਰ ਲਗਈਆ ਉਸ ਚੀਜ਼ ਦੀ ਵਿਚਾਰ ਕਰਿਓ ਜਰਾ ਜੇ ਨਜ਼ਰ ਨਹੀਂ ਕਰੋਗੇ ਗੱਲ ਨਹੀਂ ਬਣਨੀ ਅੰਦਰ ਦੀ ਪ੍ਰਤੀ ਜਾਗਰੂਕ ਨਹੀਂ ਹੋਣੀ ਅੰਦਰ ਦੀ ਬ੍ਰਿਤੀ ਜਾਗਰਤ ਉਦੋਂ ਹੋਣੀ ਆ ਉਦੋਂ ਦਰਦ ਮਹਿਸੂਸ ਹੋਣੀ ਆ ਉਦੋਂ ਅੰਦਰ ਚੋਟ ਲੱਗਣੀ ਖੂਨ ਵਗਣਾ ਹੈ ਧੰਦੋ تیر ਲੱਗਾ ਕਿਸੇ ਦਾ تیر ਵਗਾ ਲੱਗਾ ਕੀ ਨਿਕਲਦਾ ਖੂਨ ਨਿਕਲਦਾ ਗੋਲੀ ਵਜਦੀ ਕੀ ਨਿਕਲਦਾ ਖੂਨ ਨਿਕਲਦਾ ਤੇ ਗੁਰੂ ਸਾਹਿਬ ਬਣ ਕੇ ਕਹਿੰਦੇ ਕਹਿੰਦੇ ਜਿੱਦੇ ਸਰੀਰ ਦੇ تیر ਲੱਗੇ ਤੇ ਖੂਨ ਨਿਕਲਦਾ ਹੈ ਸਰੀਰ ਦੇ ਗੋਲੀ ਵਜੇ ਤੇ ਖੂਨ ਨਿਕਲਦਾ ਹੈ ਕਹਿੰਦੇ ਜਿਹਨੂੰ ਗੁਰੂ ਦੇ ਬਾਣੀ ਦੇ ਗੁਰੂ ਦੇ ਬੋਲਾਂ ਦੀ ਸਮਝ ਲੱਗੇ ਉਦੇ ਮਨ ਵਿੱਚੋਂ ਹਉਮੈ ਨਿਕਲਦੀ ਹੈ ਹੰਕਾਰ ਨਿਕਲਦੀ ਹੈ ਕਾਮ ਨਿਕਲਦਾ ਹੈ ਕ੍ਰੋਧ ਨਿਕਲਦਾ ਹੈ ਲੋਭ ਨਿਕਲਦਾ ਹੈ ਕਹਿੰਦੇ ਮਰ ਜਾਂਦੀ ਕੋਈ ਕਵੇ ਮੇਰੇ ਤੀਰ ਵੱਜਾ ਤੇ ਖੂਨ ਨਿਕਲਿਆ ਹੀ ਨਹੀਂ ਕੋਈ ਮਹल्ले ਦਾ ਤੀਰ ਵੱਜ ਜਾ ਕਿ ਕਹਿੰਦਾ ਤੀਰ ਛੱਡਦਾ ਹੈ ਤੀਰ ਤੇ ਭਈ ਜਿੱਧਰ ਜਾਂਦਾ ਵੇਂ ਦਿੰਦਾ ਤੇ ਕੋਈ ਕਵੇ ਮੈਂ ਬਾਣੀ ਬੜੀ ਪੜੀ ਆ ਮੈਨੂੰ ਬੜੀ ਘੰਟਿਆ ਤੇ ਗੁਰੂ ਰੂਪ ਪਿਆਰੀ ਸਾਹਿਬ ਸਿੰਘ ਜੀ ਖੂਨ ਨਿਕਲਿਆ ਨਹੀਂ ਅੰਦਰੋਂ ਹਉਮੈ ਨਿਕਲੀ ਨਹੀਂ ਅਜੇ ਹੰਕਾਰ ਨਿਕਲੇ ਨਹੀਂ ਅਜੇ तीर ਖਾ ਨਿਕਲੀ ਨਹੀਂ ਇਹਦੇ ਤੇ ਆਪਾਂ ਕਹੀਏ ਮੈਨੂੰ تیر ਵੱਜਿਆ ਜੋ ਮਨ ਜੋ تیر ਵੱਜਿਆ ਕੇ ਨੂੰ ਕੇ ਫਰਾਂਸ ਦਾ ਗੋਲੀ ਵੱਜੀ ਪਹਿਲਾ ਸਾਲ ਉੱਡਦਾ ਉਹ ਛੇਤੀ ਵੱਜੋ ਖੂਨ ਬਹੁਤ ਨਿਕਲ ਗਿਆ ਉਹ ਕਹਿੰਦਾ ਖੂਨ ਦੇ ਨਿਕਲੇਗੀ ਤੇ ਫਿਰ ਅਵੇਂ ਕਬਰਾਈ ਜਾਂਦੇ ਫਿਰ ਅਵੇਂ ਵੱਜੇ ਫਿਰ ਕਹਿੰਦਾ ਕਿਉਂ ਫਿਰ ਗੋਲੀ ਕਦੀ ਵੱਜੀ ਲਾਗੂ ਖਹਿ ਕੇ ਲੰਘੀ ਕੋਈ ਗੱਲ ਨਹੀਂ ਕਹਿੰਦਾ ਕੋਈ ਡਰਨ ਵਾਲੀ ਗੱਲ ਨਹੀਂ ਠੀਕ ਤਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਫੇ ਤੁਹਾਡੇ ਵੀ ਬਾਣੀ ਲੱਗੋ ਖਹਿ ਕੇ ਲੰਘ ਗਈ ਤੇ ਵਜ੍ਹੀ ਹੁੰਦੀ ਤੇ ਖੂਨ ਨਿਕਲਣਾ ਚਾਹੀਦਾ ਸੀ ਜੇ ਗੁਰਬਾਣੀ ਦੀ ਸਮਝ ਲੱਗੀ ਹੁੰਦੀ ਤੇ ਅੰਦਰੋਂ ਹਉਮੈ ਹੰਕਾਰ ਨਿਕਲਣਾ ਸੀ ਨਿਮਰਤਾ ਪੈਦਾ ਹੋਣੀ ਸੀ ਇਕ ਵਤੈ ਹੀ ਨਹੀਂ ਨਿਕਲਦਾ ਹੀ ਨਹੀਂ ਤੇ ਵਜ੍ਹੀ ਕਿੱਥੇ ਹੋ ਗਈ ਇਹ ਤੁਮਨੇ ਗੁਰਬਾਣੀ ਦੀ ਸਮਝ ਨਹੀਂ ਆਈ ਅੰਤਰ ਪਿਆਸ ਉੱਠੀ ਪ੍ਰਭ ਕੇ ਦੀ ਸੁਣ ਗੁਰ ਬਚਨ ਮਨ ਦੀਟ ਲਗੇ ਸੁਤਿਆੰਦੇਣਾ ਕਰਮਾਂ ਵਾਲਿਓ ਭਾਗਾਂ ਵਾਲਿਓ ਜਿਨ੍ਹਾਂ ਨੇ ਸੁੰਦਰ ਦਾਤ ਪ੍ਰਾਪਤ ਹੁੰਦੀ ਹੈ ਸੁਗੁਰੂ ਰੂਪਿਆ ਰਿਸ ਸਾਜ ਸੰਗਤ ਜਿਓ ਗੁਰੂ ਦੇ ਲੜ ਲੱਗੋ ਗੁਰਬਾਣੀ ਨੂੰ ਪਿਆਰ ਨਾਲ ਪੜੋ ਉਠੋ ਨਿਤਨੇਮ ਕਰੋ ਗੁਰਬਾਣੀ ਪੜੋ ਸਹਿਜ ਪਾਠ ਕਰੋ ਪਰ ਪਿਆਰ ਨਾਲ ਕਰੋ ਨਾ ਇਹ ਨਾ ਹੋਵੇ ਕਿ ਤੁਸੀਂ ਸਹਿਜ ਪਾਠ ਤੇ ਕਰ ਲਿਆ ਇੱਕ ਤੇ ਦਸ ਕਰ ਲਿਆ ਪਰ ਸਾਹਮਣੇ ਹੋਈ ਨਹੀਂ ਗੁਰੂ ਦੇ ਤੇ ਤੀਰ ਵੱਜਾ ਹੀ ਨਹੀਂ ਮਨ ਬਿੱਤੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੋਈ ਨਹੀਂ ਉਹਦੇ ਨਾਲ ਜੁੜੀ ਨਹੀਂ ਤੇ ਗੁਰਬਾਣੀ ਦਾ ਤੀਰ ਵੱਝਾਈ ਨਹੀਂ ਸਮਝਾਈ ਕੋਈ ਨਹੀਂ ਫਿਰ ਆ ਗਿਆ ਤੁਰ ਤੇ ਪੜ ਪੜ ਗੱਡੀ ਲੱਦੀਏ ਸੁਗੁਰ ਜਨਾਂ ਨਾਲ ਜਿਹੜੋ ਕੋਈ ਮਾਲਕ ਛੜਦੀਆਂ ਕਲਾ ਕਰੇ ਸਮਾ ਹੋ ਗਿਆ ਔਰ ਇਥੇ ਸਮਾਪਤੀ ਕਰਦੇ ਬੱਤੇ ਕਿ ਜਾਈਏ ਵਾਹਿ ਗੁਰੂ ਜੀ ਕਾ ਖਲਸਾ ਵਾਹਿ ਗੁਰੂ ਜੀ ਕੀ ਫਤਿਹ